ਸਵਾਗਤ ਦੇਸ਼ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਮੈਂ ਹਣੀਤੋ ਅੱਜ ਦੇ ਯੁੱਗ ਵਿੱਚ ਮੀਡੀਆ ਕਿੱਥੇ ਖੜਾ ਹੈ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਪ੍ਰਿੰਟ ਮੀਡੀਆ ਦੀ ਗੱਲ ਕੀਤੀ ਜਾਵੇ ਜਾਂ ਪੰਜਾਬੀ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਵੈ ਅੱਜ ਦਾ ਪੰਜਾਬੀ ਮੀਡੀਆ ਜਿਹੜਾ ਵੈ ਉਹ ਪਹੁੰਚਿਆ ਹੋਇਆ ਹੈ ਅੱਜ ਗੱਲ ਕੀਤੀ ਜਾਵੇ ਬਹੁਤ ਸਾਰੇ ਬੱਚੇ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਪੱਤਰਕਾਰਤਾ ਦੇ ਨਾਲ ਜੁੜੀਏ ਪਰ ਅਸਲ ਦੇ ਵਿੱਚ ਜਦੋਂ ਅਸੀਂ ਪੰਜਾਬੀ ਮੀਡੀਆ ਦੀ ਗੱਲ ਕਰਦੇ ਹਾਂ ਹਿੰਦੀ ਪੱਤਰਕਾਰਤਾ ਜਾਂ ਅੰਗਰੇਜ਼ੀ ਦੀ ਪੱਤਰਕਾਰਤਾ ਦੇ ਵਿੱਚ ਸ਼ੁਰੂ ਤੋਂ ਹੀ ਬੜੇ ਮੌਕੇ ਰਹੇ ਨੇ ਪਰ ਜਦੋਂ ਅਸੀਂ ਪੰਜਾਬੀ ਪੱਤਰਕਾਰਤਾ ਦੀ ਜਾਂ ਪੰਜਾਬੀ ਮੀਡੀਆ ਦੀ ਗੱਲ ਕਰਦੇ ਹਾਂ ਤੇ ਇਸ ਦਾ ਭਵਿੱਖ ਕੀ ਹੈ ਇਸ ਦਾ ਵਰਤਮਾਨ ਕੀ ਹੈ ਯਾ ਇਸਾ ਪੁੱਤ ਕਾਲ ਕੀ ਸੀ ਇਹ ਸਭ ਦੇ ਬਾਰੇ ਕਈ ਤਰ੍ਹਾਂ ਦੇ ਸਵਾਲ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਨੇ ਕਿ ਪੰਜਾਬੀ ਪੱਤਰਕਾਰਤਾ ਅੱਜ ਕਿੱਥੇ ਖੜੀ ਹੈ ਪੰਜਾਬੀ ਮੀਡੀਆ ਅੱਜ ਕਿੱਥੇ ਖੜਾ ਹੈ ਔਰ ਇਹ ਸਭ ਦੇ ਬਾਬਤ ਅੱਜ ਅਸੀਂ ਤੁਹਾਡੇ ਨਾਲ ਇਸ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਗੱਲਬਾਤ ਕਰਾਂਗੇ ਤੁਹਾਡੇ ਨਾਲ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਉਹ ਵੀ ਸਾਂਝੀ ਕਰਾਂਗੇ ਤੇ ਇਸ ਵਾਸਤੇ ਸਾਡੇ ਇਸ ਸਟੂਡੀਓ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਇੱਕ ਪੱਤਰਕਾਰ ਪਹੁੰਚੇ ਨੇ ਸੰਪਾਦਕ ਵੀ ਨੇ ਔਰ ਇਹਦੇ ਨਾਲ ਨਾਲ ਲੇਖਕ ਵੀ ਨੇ ਵਕ ਵਕ ਅਖਬਾਰਾਂ ਰਸਾਲਿਆਂ ਦੇ ਵਿੱਚ ਤੁਸੀਂ ਇਹਨਾਂ ਦਾ ਲਿਖੇ ਲੇਖ ਜਿਹੜੇ ਨੇ ਉਹ ਪੜ੍ਹਦੇ ਰਹਿੰਦੇ ਹੋ ਖਾਸ ਤੌਰ ਤੇ ਜੇ ਮੈਂ ਇਹਨਾਂ ਦੀ ਗੱਲ ਕਰਾਂ ਤੇ ਬੜੇ ਸੋਹਰਦ ਨੇ মিডিਆ ਨੂੰ ਲੈ ਕੇ ਬਹੁਤ ਸਾਰੇ ਇਹਨਾਂ ਦੇ ਮਨ ਦੇ ਵਿੱਚ ਬਲਵਲੇ ਉੱਠਦੇ ਨੇ ਜਿਹੜੇ ਅਕਸਰ ਅਖਬਾਰਾਂ ਰਸਾਲਿਆਂ ਦੇ ਵਿੱਚ ਛਪਦੇ ਰਹਿੰਦੇ ਨੇ ਜੇ ਮੈਂ ਇਹ ਕਹਿ ਲਵਾਂ ਵੀ 24 ਘੰਟੇ ਪੱਤਰਕਾਰਤਾ ਜਿਹੜੀ ਕਰਦੇ ਰਹਿੰਦੇ ਨੇ ਤੇ ਇਹ ਮੈਨੂੰ ਲੱਗਦਾ ਕਿ ਗੱਲ ਮੇਰੀ ਗਲਤ ਨਹੀਂ ਹੋਵੇਗੀ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਟੂਡੀਓ ਦੇ ਵਿੱਚ ਸਾਡੇ ਕੋਲ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਚੰਡੀਗੜ੍ਹ ਤੋਂ ਸ਼ਿਵਿੰਦਰ ਜੀ ਜੋ ਕਿ ਬਹੁਤ ਵਧੀਆ ਪੱਤਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਇਹ ਪੱਤਰਕਾਰਤਾ ਦੇ ਨਾਲ ਜੁੜੇ ਨੇ ਤੇ 15-16 ਸਾਲਾਂ ਦੀ ਮਹਿਜ਼ ਛੋਟੀ ਉਮਰ ਦੇ ਵਿੱਚ ਜਿਹੜਾ ਅਖਬਾਰਾਂ ਦੇ ਨਾਲ ਅ ਜੁੜ ਚੁਕੇ ਸੀ ਲਿਖਣ ਲੱਗ ਪਏ ਸੀ ਲੇਖ ਤੇ ਹੁਣ ਜਿਹੜਾ ਕਹਿ ਲਈਏ ਵੀ ਇੱਕ ਵੱਡਾ ਦਾਇਰਾ ਜਿਹੜਾ ਇਹਨਾਂ ਦਾ ਬਣ ਚੁੱਕਿਆ ਸ਼ਿਵਜੀ ਪਹਿਲਾਂ ਤੇ ਬਹੁਤ ਬਹੁਤ ਸਵਾਗਤ ਹੈ ਦੂਰਦਰਸ਼ਨ ਦੇ ਵਡੇ ਦੇ ਵਿੱਚ ਸ਼ੁਕਰੀਆਨੀ ਤੁਹ ਕਈ ਸਲਾਮਤ ਦੂਰਦਰਸ਼ਨ ਆਇਆ ਤੇ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਵੀ ਬਹੁਤ ਵਧੀਆ ਲੱਗ ਰਿਹਾ ਕਿ ਅੱਜ ਮੈਨੂੰ ਮੌਕਾ ਮਿਲਿਆ ਇੱਕ ਉਸ ਪੱਤਰਕਾਰ ਦੇ ਨਾਲ ਗੱਲਬਾਤ ਕਰਨ ਦਾ ਜਿਹੜੇ ਲੰਬੇ ਸਮੇਂ ਤੋਂ ਮੈਂ ਕਹਿ ਸਕਦੀ ਹਾਂ ਵੀ ਜੇ ਮੈਨੂੰ ਇਸ মিডিਆ ਦੇ ਵਿੱਚ ਸਾਰਾ 18 ਸਾਲ ਹੋ ਚੁੱਕੇ ਨੇ ਤੇ ਤੁਹਾਨੂੰ ਮੇਰੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਾ ਮੇਰੇ ਸੀਨੀਅਰ ਹੋ ਤੁਸੀਂ ਨਹੀਂ ਸਾਰਾ ਸ਼ੁਕਰੀਆਮੰਦ ਦੇਣ ਲਈ ਜੀ ਅ ਅੱਜ মিডিਆ ਦੀ ਗੱਲ ਕਰਦੇ ਹਾਂ ਅਸੀਂ ਅੱਜ ਪੱਤਰਕਾਰਤਾ ਦੀ ਗੱਲ ਕਰਦੇ ਹਾਂ ਅਸੀਂ ਤੇ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਪੰਜਾਬੀ ਪੱਤਰਕਾਰੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਜਗ੍ਹਾ ਤੇ ਖੜੀ ਹੈ ਦੇਖੋ ਨਹੀਂ ਤੂੰ ਗੱਲੇ ਹੈਗੀ ਆ ਕਿ ਹਰ ਇੱਕ ਜਿਹੜਾ ਸ਼ੋਭਾ ਹੁੰਦਾ ਹੈਗਾ ਉਹਦੇ ਵਿੱਚ ਅਲੱਗ-ਅਲੱਗ ਕਿਸਮ ਦੀਆਂ ਚੁਣੌਤੀਆਂ ਹੁੰਦੀਆਂ ਪੰਜਾਬੀ ਪੱਤਰਕਾਰੀ ਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਚੁਣੌਤੀਆਂ ਹੈਗੀਆਂ ਪੰਜਾਬੀ ਪੱਤਰਕਾਰੀ ਨੂੰ ਦੋ ਟਾਂਗਾਂ ਨਾਲ ਸੀ ਦੇਖ ਸਕਦੇ ਇੱਕ ਤਾਂ ਉਹਦਾ ਵੀ ਦੇਖੋ মিডিਆ ਕਿੰਨੀ ਤਰੱਕੀ ਕਰ ਗਿਆ ਉਹ ਹੁੰਦੀ ਥੋੜੀ ਤਕਨੀਕ ਦੀ ਤਰੱਕੀ ਕਿੰਨੀ ਹੋ ਗਈ ਦੇਖੋ ਅਖਬਾਰ ਤੋਂ ਸ਼ੁਰੂ ਹੋਏ ਸੀ ਅਸੀਂ ਅਖਬਾਰ ਤੋਂ ਵੀ ਕਿਵੇਂ ਸ਼ੁਰੂ ਹੋਏ ਸੀ ਜਦੋਂ ਅਸੀਂ ਅਖਬਾਰ ਦੇ ਵਿੱਚ ਇੱਕ ਆਪਣੇ ਮਿਸ਼ਨ ਲਈ ਆਏ ਸੀ ਕਿਉਂਕਿ ਜਦੋਂ ਪੰਜਾਬੀ ਪੱਤਰਕਾਰੀ ਸ਼ੁਰੂ ਹੋਈ ਸੀ ਉਹ ਧਰਮ ਪ੍ਰਚਾਰ ਨੂੰ ਲੈ ਕੇ ਹੋਈ ਸੀ ਇਸਾਈ ਮਿਸ਼ਨਰੀਆਂ ਨੇ ਆਪਣਾ ਪ੍ਰਚਾਰ ਕਰਨਾ ਸੀ ਸਿੰਘ ਸਭਾ ਮੂਵਮੈਂਟ ਨੇ ਆਪਣਾ ਕਰਨਾ ਸੀ ਤੇ ਆਰਿਆ ਸਮਾਜ ਨੇ ਆਪਣਾ ਕਰਨਾ ਸੀ ਉਸ ਤੋਂ ਬਾਅਦ ਵਿੱਚ ਉਹ ਚਲਦੀ ਚਲਦੀ ਜਿਹੜੀ ਹੈਗੀ ਆ ਫਿਰ ਆਜ਼ਾਦੀ ਮੂਵਮੈਂਟ ਵਿੱਚ ਵੀ ਆਂਦੀ ਹੈ ਫਿਰ ਉਸ ਤੋਂ ਬਾਅਦ ਵਿੱਚ ਉਹ ਅੱਗੇ ਚੱਲਦੀ ਆ ਫਿਰ ਅਖਬਾਰ ਆ ਗਏ ਟੀਵੀ ਆ ਗਏ ਹੋਰ ਸਾਰਾ ਕੁਝ ਹੋ ਗਿਆ ਲੇਕਿਨ ਜਿਹੜਾ ਕੰਟੈਂਟ ਕੰਟੈਂਟ ਦੀ ਤਰੱਕੀ ਆ ਜੇ ਅਸੀਂ ਦੂਜੇ ਮੀਡੀਆ ਨੂੰ ਦੇਖ ਦਾਂ ਅੰਗਰੇਜ਼ੀ ਜਿਹਨੂੰ ਦੇਖ ਰਿਆ ਹਿੰਦੀ ਨੂੰ ਦੇਖ ਅਦਰ ਲੈਂਗੁਏਜ ਨੂੰ ਇਵਨ ਰੀਜਨਲ ਲੈਂਗੁਏਜ ਨੂੰ ਵੀ ਦੇਖਦੇ ਆ ਉਹਦੇ ਵਿੱਚ ਕੀ ਹੈ ਕਿ ਦੇਖੋ ਖੋਜੀ ਸਟੋਰੀਆਂ ਆ ਗਈਆਂ ਹੋਰ ਚੀਜ਼ਾਂ ਆ ਗਈਆਂ ਪੰਜਾਬੀ 'ਚ ਉਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਖਲੇ ਡਿਵੈਲਪ ਨਹੀਂ ਹੋ ਸਕੀਆਂ ਉਹਦੇ ਸੰਕਟ ਨੇ ਅੱਛਾ ਨਵਾਂ ਨਵੀਂ ਫਾਰਮਸ ਆ ਗਈਆਂ ਟੀਵੀ ਆ ਗਿਆ ਟੀਵੀ ਦਾ ਸੰਕਟ ਆ ਜਾਂ ਫਿਰ ਤੁਸੀਂ ਦੇਖੋ ਡਿਜੀਟਲ ਪਲੈਟਫਾਰਮ ਆ ਗਏ ਪਰ ਉਹ ਡਿਜੀਟਲ ਪਲੈਟਫਾਰਮਾਂ ਵਿੱਚ ਉਸ ਢੰਗ ਦੀ ਗੱਲ ਕਿਵੇਂ ਹੋ ਸਕੇ ਗੰਭੀਰ ਗੱਲ ਕਿਵੇਂ ਹੋ ਸਕੇ ਉਹ ਕਿਤਨੇ ਕਿਤੇ ਨਾਦਾਰ ਸਾਨੂੰ ਦਿਖਾਈ ਦੇ ਰ ਲੱਗਦਾ ਕਿ ਕੰਟੈਂਟ ਦੀ ਕਮੀ ਹੈ ਪੰਜਾਬੀ ਮੀਡੀਆ ਦੇ ਵਿੱਚ ਮੈਨੂੰ ਨਾ ਕਈ ਵਾਰ ਐਂ ਲੱਗਦਾ ਹੈਗਾ ਕਿ ਕੰਟੈਂਟ ਦੀ ਤਾਂ ਕਮੀ ਹੈਗੀ ਆ ਵਿਭਿੰਨਤਾ ਦੀ ਵੀ ਆ ਵਿਚਾਰ ਦੀ ਕਮੀ ਵੀ ਹੈਗੀ ਆ ਜਦੋਂ ਅਸੀਂ ਕੱਲ ਪੰਜਾਬੀ ਮੀਡੀਆ ਨਹੀਂ ਮੇਰੇ ਖਿਆਲ ਸਾਰੇ ਮੀਡੀਆ ਉੱਤੇ ਗੱਲ ਲੱਗ ਹੁੰਦੀ ਹੈ ਜਦੋਂ ਅਸੀਂ ਮੀਡੀਆ ਬਾਰੇ ਗੱਲ ਕਰਦੇ ਆ ਮੇਰਾ ਮੰਨਣਾ ਮੈਂ ਕਈ ਵਾਰ ਯੂਨੀਵਰਸਿਟੀ ਕਾਲਜ ਵਿੱਚ ਵੀ ਜਾਣਾ ਮੈਨੂੰ ਲੱਗਦਾ ਵੀ ਅਸੀਂ ਉਦੋਂ ਮੀਡੀਆ ਉੱਤੇ ਗੱਲ ਨਹੀਂ ਕਰ ਰਹੇ ਹੁੰਦੇ ਕਿਸੇ ਹੋਰ ਤੇ ਕਰ ਰਹੇ ਹੁੰਦੇ ਮੈਂ ਤੁਹਾਨੂੰ ਇਹ ਸਵਾਲ ਪੁੱਛਾਂ ਵੀ ਨੀਤੂ ਜਦੋਂ ਤੁਸੀਂ ਮੀਡੀਆ ਤੇ ਮੇਰੇ ਨਾਲ ਗੱਲ ਕਰ ਰਹੇ ਹੋ ਤੁਹਾਡੇ ਜ਼ਿਹਨ ਚ ਕੀ ਚੱਲ ਰਿਹਾ ਤੁਹਾਡੇ ਦਿਨ ਚੱਲੇ 5-7 سوشل ویب سائٹ ਚੱਲ ਰਹੀਆਂ ਜਦਕਿ ਹਿੰਦੁਸਤਾਨ ਦੇ ਵਿੱਚ 1 ਲੱਖ ਤੋਂ ਉੱਪਰ 1.5 ਲੱਖ ਦੇ ਕਰੀਬ ਰਜਿਸਟਰਡ ਅਖਬਾਰ ਹੈਗੇ ਨੇ ਫਿਰ 900 ਤੋਂ ਉੱਤੇ ਟੀਵੀ ਚੈਨਲ ਹੈਗੇ ਨੇ ਖਬਰੀ ਟੀਵੀ ਚੈਨਲ ਜਿਹੜੇ ਆਪ ਸੁਣਦੇ ਆ ਤੇ 850 ਤੋਂ ਉੱਤੇ ਰੇਡੀਓ ਚੈਨਲ ਹੈਗੇ ਨੇ ਰੇਡੀਓ ਸਟੇਸ਼ਨ ਹੈਗੇ ਨੇ ਜਿਹੜੇ ਬਣੇ ਹੋਏ ਨੇ ਇਸੇ ਤਰ੍ਹਾਂ ویب سائٹ ਤਾਂ ਮੈਨੂੰ ਵੀ ਨਹੀਂ ਪਤਾ ਕਿੰਨੇ ਆ ਕੀ ਅਸੀਂ ਸਾਰਿਆਂ ਉੱਤੇ ਗੱਲ ਕਰ ਰਹੇ ਹੁੰਨੇ ਆ ਨਹੀਂ ਕਰ ਰਹੇ ਹੁੰਨੇ ਕਿਤੇ ਫਿਰ ਵੱਡਾ ਸਵਾਲ ਏ ਕਿ ਕਿਤੇ ਅਸੀਂ ਚੰਦ ਘਰਾਣਿਆਂ ਦੇ ਵਪਾਰ ਦੀ ਤਾਂ ਨਹੀਂ ਗੱਲ ਕਰ ਰਹੇ ਹੈਗੇ ਇੱਕ ਇਹ ਚੀਜ਼ ਹੈ ਵੱਡਾ ਇੱਕ ਸੰਕਟ ਹੋ ਰਿਹਾ ਹਿੰਦੁਸਤਾਨ ਦੀ ਸਰਕਾਰ ਨੇ ਫਰਵਰੀ 2014 ਦੇ ਵਿੱਚ ਇੱਕ ਕਮੇਟੀ ਬਣਾਈ ਸੀ ਜਿਹਦੇ ਵਿੱਚ ਸੀ ਵੀ ਮਨੁੱਖੀ ਪਾੜਾ ਕਿਉਂ ਵੱਧ ਰਿਹਾ ਹੈਗਾ ਮਤਲਬ ਆਰਥਿਕ ਪਾੜਾ ਕਿਉਂ ਵੱਧ ਰਿਹਾ ਤੇ ਨਾਲ ਮੀਡੀਆ ਦਾ ਕੀ ਭੂਮਿਕਾ ਉਹ ਕਮੇਟੀ ਨੇ ਇੱਕ ਗੱਲ ਆਖੀ ਸੀ ਉਸ ਸਮੇਂ ਜਿਹੜੀ ਅੱਜ ਵੀ ਅਹਿਮ ਹੈਗੀ ਆ ਉਹ ਕਹਿੰਦੀ ਕਿ ਬਹੁਤ ਸਾਰੇ ਜਿਹੜੇ ਅਖਬਾਰਾਂ ਦੇ ਮਾਲਕਾਂ ਦਾ ਮੀਡੀਆ ਤੇ ਇਕਾਧਕਾਰ ਹੋ ਰਿਹਾ ਉਹ ਫਿਰ ਇਕਾਧਕਾਰ ਹੋ ਹੀ ਨਹੀਂ ਰਿਹਾ ਫੇਰ ਉਸ ਲੀਡਰਾਂ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਅਸੀਂ ਦੇਖਿਆ ਉਹ ਲਗਾਤਾਰ سلسلہ ਚੱਲ ਰਿਹਾ ਭਾਰਤ ਦੇ ਇੱਕ ਬਹੁਤ ਵੱਡੇ ਪੱਤਰਕਾਰ ਨੇ ਅਨਿਲ ਚੰਮੜੀਆ ਉਹਨਾਂ ਦਾ ਕਹਿਣਾ ਕਿ ਜਿਹੜਾ ਲੋਕਾਂ ਦੀ ਗਰੀਬੀ ਤੇ ਕੁਝ ਮੀਡੀਆ ਘਰਾਣਿਆਂ ਦੀ ਅਮੀਰੀ ਇਹਦੇ ਵਿੱਚ ਅਹਿਮ ਰਿਸ਼ਤਾ ਹੈਗਾ ਉਹ ਰਿਸ਼ਤਾ ਕਿਦਾਂ ਜਿਵੇਂ 100 ਰੁਪਈਆ ਹੁੰਦੀ ਜੇ ਬਰਾਬਰ ਵੰਡ ਕਰਨੀ ਹੈ ਤੇ ਸਭ ਨੂੰ 20-20 ਰੁਪਏ ਜਾਂ 10-10 ਰੁਪਏ ਬਰਾਬਰ ਆਉਣਗੇ ਨਾ ਪਰ ਇੱਕ ਨੂੰ 70 ਆ ਗਏ ਯਾਰ ਇੱਕ ਨੂੰ 30 ਆ ਗਏ ਇਹ ਚ ਬਹੁਤ ਵੱਡਾ ਫਰਕ ਆ ਇਹ ਜਿਵੇਂ ਪੰਜਾਬੀ ਸ਼ਾਇਰ ਜਸਵਿੰਦਰ ਦੀ ਗਜ਼ਲ ਦਾ ਸ਼ੇਰ ਹੈ ਨਾ ਕਿ ਕਿਸੇ ਬਰਸਾਤ ਦਾ ਇੱਕੋ ਤਲਾਚ ਭਰ ਗਿਆ ਪਾਣੀ ਹੈ ਸਾਰੇ ਨਗਰ ਚ ਸ਼ੋਰ ਕੇ ਕਿਧਰ ਗਿਆ ਪਾਣੀ ਕਿਧਰ ਗਿਆ ਪਾਣੀ ਮੈਨੂੰ ਲੱਗਦਾ ਇਹ ਦੇਖਣ ਦੀ ਲੋੜ ਹੈ ਪਾਣੀ ਗਿਆ ਕਿਧਰ ਹੈ ਜੀ ਬਾਕੀ ਸਹੀ ਗੱਲ ਹੈ ਇਹ ਦੇਖਣ ਦੀ ਲੋੜ ਹੈ ਕਿ ਪਾਣੀ ਗਿਆ ਕਿਤੇ ਤੁਸੀਂ ਲੰਬੇ ਸਮੇਂ ਤੋਂ ਮੀਡੀਆ ਦੇ ਨਾਲ ਜੁੜੇ ਹੋ ਬਹੁਤ ਸਾਰੀਆਂ ਅਖਬਾਰਾਂ ਦੇ ਨਾਲ ਜੁੜੇ ਹੋ ਰਸਾਲਿਆਂ ਨਾਲ ਜੁੜੇ ਹੋ ਸੋਸ਼ਲ ਦੀਆਂ ਨਾਲ ਵੀ ਜੁੜਿਓ ਪਰ ਜਦੋਂ ਅਸੀਂ ਪੱਤਰਕਾਰਤਾ ਦੀ ਗੱਲ ਕਰਦੇ ਆ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੱਤਰਕਾਰਤਾ ਦੀ ਇੱਕ ਚੰਗੇ ਭਵਿੱਖ ਦੀ ਕਾਮਨਾ ਕੀਤੀ ਜਾ ਸਕਦੀ ਹੈ ਇਸ ਦੇ ਵਿੱਚ ਮੈਂ ਨਾ ਇੱਕ ਹੋਰ ਵੀ ਚੀਜ਼ ਇਹ ਕਹਾਂਗਾ ਜਿਹੜੀ ਪੁਰਾਣੀਆਂ ਮਿੱਥਾਂ ਨਾਲ ਲੜਨਾ ਬੜਾ ਜ਼ਰੂਰੀ ਹੈ ਅਸੀਂ ਕੁਝ ਮੀਡੀਆ ਤੇ ਗੱਲ ਕਰਦੇ ਹੋਏ ਕੁਝ ਮਿੱਥਾਂ ਪਾਲੀਆਂ ਹੋਈਆਂ ਯਾਰ ਪੁਰਾਣਾ ਸਮਾਂ ਤਾਂ ਬੜਾ ਹੀ ਚੰਗਾ ਸੀ ਆ ਤਾਂ ਸਮਾਂ ਬੜਾ ਵਧੀਆ ਹੋ ਗਿਆ ਅੱਛਾ ਉਹ ਮੇਰਾ ਮੰਨਣਾ ਹੈਗਾ ਕਿ ਕੋਈ ਵੀ ਜਿਹੜਾ ਪੀਰੀਅਡ ਹੁੰਦਾ ਨਾ ਜਿਵੇਂ ਇਤਿਹਾਸ ਕਦੇ ਸਿੱਧਾ ਪਧਰਾ ਨਹੀਂ ਹੁੰਦਾ ਇਤਿਹਾਸ ਕਦੇ ਕੋਈ ਇੱਕ ਇਤਿਹਾਸ ਦਾ ਪੰਨਾ ਸ਼ਾਹ ਕਰ ਨਹੀਂ ਹੁੰਦਾ ਇੱਕ ਪੂਰਾ ਕਹਾੜਾ ਨਹੀਂ ਹੁੰਦਾ ਜੀ ਜੀ ਇਸੇ ਤਰ੍ਹਾਂ ਜੀ ਅਸੀਂ ਪੁਰਾਣੇ ਵੇਲੇ ਦੀ ਵੀ ਗੱਲ ਕਰੀਏ ਨਾ ਤੇ ਉਦੋਂ ਵੀ ਮੀਡੀਆ ਕਈ ਤਰ੍ਹਾਂ ਦਾ ਸੀਗਾ ਇੱਕ ਮੀਡੀਆ ਜਿਵੇਂ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਮੂਵਮੈਂਟ ਲਈ ਲੜ ਰਿਹਾ ਸੀਗਾ ਗਦਰ ਵਰਗ ਅਖਬਾਰ ਉਹਦੇ ਵਿੱਚ ਸੀਗੇ ਇੱਕ ਅੰਗਰੇਜ਼ਾਂ ਦੀ ਛਾਟੂਕਾਰੀ ਕਰ ਰਿਹਾ ਸੀਗਾ ਅੱਛਾ ਜਿਹੜੇ ਲੜ ਰਹੇ ਸੀ ਉਹਨਾਂ ਵਿੱਚ ਵੀ ਦੋ ਕੈਟਾਗਰੀਆਂ ਸੀ ਇੱਕ ਨੂੰ ਪਤਾ ਸੀ ਕਿ ਆਜ਼ਾਦੀ ਤੋਂ ਬਾਅਦ ਸਾਡੇ ਛੋੜੇ ਜਿਹੇ ਹਿੱਤ ਸੁਰੱਖਿਅਤ ਨਹੀਂ ਬਲਕਿ ਵਿੱਚ ਕੰਪਰੋਮਾਈਜ਼ ਕਰਨ ਵਾਲੇ ਬਣ ਗਏ ਇੱਕ ਫੇਰ ਲੜਦੇ ਰਹੇ ਅਸੋ ਇਸ ਕਰਕੇ ਮੈਨੂੰ ਲੱਗਦਾ ਚੁਣੌਤੀਆਂ ਸੰਭਾਵਨਾਵਾਂ ਰਹਿੰਦੀਆਂ ਅੱਜ ਦਾ ਜਿਹੜਾ ਮਸਲਾ ਹੈਗਾ ਅੱਜ ਤਕਨੀਕ ਤੇ ਬੇਸ਼ੁਮਾਰ ਤਰੱਕੀ ਕਰ ਲਈ ਪਰ ਤਕਨੀਕ ਦੇ ਮੇਸ਼ਤਾ ਜਿਹੜਾ ਜ਼ਿਹਨ ਨਹੀਂ ਹੋਇਆ ਸਭੋਂ ਖੇਤਰੀ ਪੱਤਰਕਾਰੀ ਦੀਆਂ ਹੋਰ ਚੁਣੌਤੀਆਂ ਹੈਗੀਆਂ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਉਦਾਹਰਣ ਦਿੰਦਾ ਕਈ ਸਾਡੇ ਨਾ ਵੱਡੇ ਪਲੇਟਫਾਰਮ ادارے ਨੇ ਜਿਹੜੇ ਮੀਡੀਆ ਗਰੁੱਪ ਨੇ ਉਹ ਕਈ ਲੈਂਗੁਏਜਸ ਵਿੱਚ ਆਪਣੇ ਪਰਚੇ ਕੱਢਦੇ ਨੇ ਉਸ ਵਿੱਚ ਬੜਾ ਹੈਰਾਨ ਹੋਣਾ ਨਹੀਂ ਤੂੰ ਕਿ ਅੰਗਰੇਜ਼ੀ ਦੇ ਵਿੱਚ ਉਹਨਾਂ ਦਾ ਜਿਹੜਾ ਕੰਟੈਂਟ ਹੈ ਤੇ ਖੇਤਰੀ ਭਾਸ਼ਾ ਚੋਂ ਫਰਕ ਹੁੰਦਾ ਉਹਨਾਂ ਨੇ ਮੰਨ ਲਿਆ ਕਿ ਯਾਰ ਜਿਹੜਾ ਖੇਤਰੀ ਭਾਸ਼ਾ ਦਾ ਪਾਠਕ ਆ ਨਾ ਜਾਂ ਉਹਦਾ ਜਿਹੜਾ ਸੁਣਨ ਵਾਲਾ ਦੇਖਣ ਵਾਲਾ ਉਹ ਤਾਂ ਨਾ ਇੰਨਾ ਜ਼ੇਹਨ ਵਾਲਾ ਨਹੀਂ ਸਿਆਣੀਆਂ ਸਿਆਣੀਆਂ ਗੱਲਾਂ ਸੀ ਅੰਗਰੇਜ਼ੀ ਚ ਰੱਖ ਲਈਏ ਇਹ ਵੱਡੀ ਚੁਣੌਤੀ ਹੈ ਕਿ ਇਹ ਇਨੀਸ਼ੀਏਟਿਵ ਲੈਣਾ ਪਏਗਾ ਕਿ ਅਸੀਂ ਆਪਣੀ ਰੀਜਨਲ ਲੈਂਗੁਏਜ ਦੇ ਵਿੱਚ ਵੀ ਕਿਵੇਂ ਉਸ ਮੀਡੀਆ ਨੂੰ ਗਿਆਨਬਨ ਬਣਾਈਏ ਉਹਨੂੰ ਕੁਐਸਚਨ ਕਰਨ ਵਾਲਾ ਬਣਾਈਏ ਉਸ ਮੀਡੀਆ ਵਿੱਚ ਫਿਰ ਹੁਣ ਕੱਲਾ ਬੱਚਿਆਂ ਦਾ ਆਉਣਾ ਨੌਕਰੀ ਤੱਕ ਮ hạnੂਦ ਨਹੀਂ ਜੀ ਨੌਕਰੀਆਂ ਤਾਂ ਦੇਖੋ ਹੁਣ ਤਾਂ ਬਹੁਤ ਹੋ ਗਈਆਂ ਡਿਜੀਟਲ ਮੀਡੀਆ ਵਿੱਚ ਪੈਸਾ ਵੀ ਆ ਗਿਆ ਸਵਾਲ ਇਹ ਹੈਗਾ ਕਿ ਪੱਤਰਕਾਰੀ ਦੇ ਜਿਹੜੇ ਕੁਝ ਮੂਲ ਸਿਧਾਂਤ ਨੇ ਜਿਹੜੇ ਸਾਨੂੰ ਗਣੇਸ਼ ਸ਼ੰਕਰ ਵਿਦਿਆਰਥੀ ਵਰਗੇ ਸਾਡੇ ਮਹਾਨ ਦੇਸ਼ ਭਗਤ ਪੱਤਰਕਾਰਾਂ ਨੇ ਸਿਖਾਏ ਨੇ ਕੀ ਅਸੀਂ ਉਹਦੇ ਤੇ ਖਰੇ ਉਤਰ ਸਕਦੇ ਆ ਕਿ ਨਹੀਂ ਫੋਰ ਐਗਜ਼ਾਮਪਲ ਮੰਨ ਲਓ ਕਿ ਮੈਂ ਪੱਤਰਕਾਰੀ ਦੇ ਵਿੱਚ ਕਿਉਂ ਆਇਆ ਜੀ ਜੇ ਮੰਨ ਲਓ ਕਿ ਅੱਜ ਜੋ ਹਿੰਦੁਸਤਾਨ ਦਾ ਭਾਰਤ ਦੇ ਦਾ ਪੂਰਾ ਇੰਡੀਆ ਲੈਵਲ ਤੇ ਵਰਲਡ ਲੈਵਲ ਤੇ ਪੱਤਰਕਾਰੀ ਚ ਕੋਈ ਇਟਾ ਵਧੀਆ ਰੈਂਕ ਨਹੀਂ ਹੈਗਾ 100 159 ਹੈਗਾ 190 ਰੈਂਕ ਹੈਗਾ ਹੁਣ ਜੇ ਮੇਰੀ ਕੋਸ਼ਿਸ਼ ਹੋਣੀ ਚਾਹੀਦੀ ਜੇ ਕਿ ਮੈਂ ਆਪਣੇ ਭਾਰਤ ਨੂੰ ਉੱਪਰ ਲੈ ਕੇ ਜਾਣਾ ਜਿਵੇਂ ਉੱਪਰ ਲੈ ਕੇ ਨਹੀਂ ਗਿਆ ਹੈਗਾ ਤੇ ਫੇ ਮੇਰਾ ਐਜ਼ ਅ ਜਰਨਲਿਸਟ ਮੇਰਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਇੱਕ ਚੀਜ਼ ਨਾ ਇੱਥੇ ਬੜੀ ਨੋਟ ਕਰਨ ਵਾਲੀ ਹੈ ਅਸੀਂ ਨਾ ਕਰਦੇ ਆ ਵੀ ਸੰਕਟ ਹੈ ਮੀਡੀਆ ਦੇ ਵਿੱਚ ਮੀਡੀਆ 'ਚ ਕੀ ਹੈ ਪੈਸਾ ਤਾਂ ਹੈ ਨਹੀਂ ਐਦਾਂ ਦੇ ਕਈ ਕਈ ਲੋਕ ਇਹ ਗੱਲ ਕਰਦੇ ਆ ਪਰ ਜਦੋਂ ਅਸੀਂ ਅੱਜ ਗੱਲ ਅੱਜ ਦੀ ਗੱਲ ਕਰਦੇ ਆ ਨਾ ਸੋਸ਼ਲ ਮੀਡੀਆ ਡਿਜੀਟਲ ਮੀਡੀਆ ਹੈ ਡਿਜੀਟਲ ਮਾਰਕੀਟਿੰਗ ਹੈ ਸੋਸ਼ਲ ਮੀਡੀਆ ਦੀ ਜਦੋਂ ਅਸੀਂ ਗੱਲ ਕਰਦੇ ਆ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਹੁਣ ਸੋਸ਼ਲ ਮੀਡੀਆ ਦੇ ਵਿੱਚ ਬੱਚਿਆਂ ਦਾ ਭਵਿੱਖ ਕਿੰਨਾ ਕੁ ਸੁਰੱਖਿਆਤ ਹੈ ਬੱਚਿਆਂ ਤੋਂ ਭੁੱਖ ਹੈਗਾ ਉਹਦਾ ਕਾਰਨ ਇਹ ਕਿ ਇੱਕ ਨਾ ਟਾਈਮ ਸੀਗਾ ਜੇ ਤੁਸੀਂ ਵੀ ਦੇਖੋ ਬਹੁਤ ਦੂਰ ਜਾਣ ਦੀ ਲੋੜ ਨਹੀਂ 10 15 ਸਾਲ ਪੁਰਾਣੀ ਗੱਲ ਆ ਉਦੋਂ ਉੱਥੇ ਹੁੰਦਾ ਸੀਗਾ ਵੀ ਤਨਖਾਹ ਨਹੀਂ ਹੈਗੀ ਪੈਸੇ ਨਹੀਂ ਹੈਗੇ ਅੱਜ ਇੱਕ ਤਾਂ ਜਿਹੜਾ ਵੈਸੀ ਡਿਜੀਟਲ ਪਲੈਟਫਾਰਮ ਆ ਗਏ ਨੇ ਮੰਨ ਲਓ ਕਿ ਕਈ ਅਖਬਾਰਾਂ ਨੇ ਵੀ ਡਿਜੀਟਲ ਪਲੈਟਫਾਰਮ ਕੱਢ ਲਏ ਟੀਵੀ ਚੈਨਲਾਂ ਦੇ ਵੀ ਡਿਜੀਟਲ ਪਲੈਟਫਾਰਮ ਹੋ ਗਏ ਉਥੇ ਅੱਛੀ ਤਨਖਾਹ ਹੈਗੀ ਆ ਫਿਰ ਉਸ ਤੋਂ ਬਾਅਦ ਵਿੱਚ ਇੱਕ ਹੁਣ ਨਵਾਂ ਆ ਗਿਆ ਇੱਕ ਤੇ ਨਵਾਂ ਸ਼ਬਦ ਆ ਗਿਆ ਕੰਟੈਂਟ ਕ੍ਰੀਏਟ ਕਰਨ ਵਾਲਾ ਉਹ ਤਾਂ ਪੈਸੇ ਦੀ ਤਾਂ ਬਹੁਤ ਬੱਚੇ ਕਮਾਰੇ ਹੈਗੇ ਨੇ ਇਸ ਕਰਕੇ ਉਹਦੇ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਇਹਦੇ ਮੈਨੂੰ ਹੋਰ ਤਰ੍ਹਾਂ ਦੀਆਂ ਦਿੱਕਤਾਂ ਜ਼ਰੂਰ ਲੱਗਦੀਆਂ ਨੇ ਜਿਵੇਂ ਕਿ ਇੱਕ ਸੰਕਟ ਕਹਿ ਸਕਦੇ ਜਿਵੇਂ ਆਪਾਂ ਜਿਵੇਂ ਕਿ ਉਹਦੇ ਵਿੱਚ ਕੰਟੈਂਟ ਕਿਹਾ ਜਾ ਰਿਹਾ ਹੈਗਾ ਇੱਕ ਵੱਡੀ ਦਿੱਕਤ ਆ ਹਾਲਾਂਕਿ ਅੰਗਰੇਜ਼ੀ ਦੇ ਵਿੱਚ ਜਾਂ ਅਦਰ ਲੈਂਗੁਏਜ ਦੇ ਵਿੱਚ ਜਿਹੜੀ ਕੁਝ ਆਪਾਂ ਪੜ੍ਹਦੇ ਆ ਜਾਂ ਜਿਹਨੂੰ ਜਾਣਦੇ ਆ ਉਹ ਉਹਦੇ ਵਿੱਚ ਉਹ ਹਲੇ ਥੋੜਾ ਜਿਹਾ ਉਹਦੇ ਵਿੱਚ ਮੁਕਾਬਲਤ ਨੂੰ ਪੰਜਾਬੀ ਤੋਂ ਠੀਕ ਹੈਗਾ ਉਹਦਾ ਮੈਨੂੰ ਕਾਰਨ ਆਏ ਲੱਗਦਾ ਜਿਵੇਂ ਨਾ ਆਪਾਂ ਲਿਟਰੇਚਰ ਨੂੰ ਪੜ੍ਹਨ ਦਾ ਆਪਣਾ ਢੰਗ ਹੀ ਹੁੰਦਾ ਵੀ ਪੰਜਾਬੀ ਦਾ ਜਿਵੇਂ ਇੱਕ ਉਦਾਹਰਨ ਦਿੰਦਾ ਪੰਜਾਬੀ ਦਾ ਜਿਹੜਾ ਬਾਲ ਸਾਹਿਤ ਹੈ ਉਹ ਕਿੰਨਾ ਕ੍ਰੇਚਾ ਹੈ ਉਹ ਉਹਦਾ ਪਤਾ ਸਾਨੂੰ ਆਏ ਲੱਗਦਾ ਵੀ ਜਿੰਨਾ ਕਿ ਫਰੌਟ ਸਾਹਿਤ ਲਿਖਿਆ ਗਿਆ ਓਨਾ ਹੀ ਬਾਲ ਸਾਹਿਤ ਲਿਖਿਆ ਗਿਆ ਜਿਵੇਂ ਕਿ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਬਾਂਗਲਾਚ ਰਵਿੰਦਰਨਾਥ ਟੈਗੋਰ ਜੀ ਨੇ ਜਿੰਨਾ ਫਰੌਟ ਸਾਹਿਤ ਲਿਖਿਆ ਉਸੇ ਰੇਸ਼ਿਓ ਨਾਲ ਬਾਲ ਸਾਹਿਤ ਲਿਖਿਆ ਇਸੇ ਤਰ੍ਹਾਂ ਮੀਡੀਆ ਤੇ ਗੱਲ ਲੱਗੂ ਹੁੰਦੀ ਹੈ ਜੇ ਜਿਹੜਾ ਸਾਡਾ ਪੁਰਾਣਾ ਮੀਡੀਆ ਸੀ ਜਿਹੜੀ ਉਹਦੀ ਜੜ੍ਹ ਸੀਗੀ ਉਹ ਕਿੰਨੀ ਮਜ਼ਬੂਤ ਉਹਦੇ ਵਿੱਚ ਕਈ ਸੰਕਟ ਰਹੇ ਨੇ ਪੁਰਾਣੇ ਦੇ ਵਿੱਚ ਇਸੇ ਕਰਕੇ ਉਹਦੇ ਵਿੱਚ ਨਾ ਕੰਟੈਂਟ ਦੇ ਲੈਵਲ ਤੇ ਵਿਚਾਰਾਂ ਦੇ ਲੈਵਲ ਤੇ ਉਹ ਨਹੀਂ ਹੈਗਾ ਉਹ ਦਿਖਾਵਾ ਉਕਸਾਵਾ ਫਟਾਫਟ ਚੀਜ਼ ਅੱਛਾ ਪਾਠਕ ਦੀ ਨੇਚਰ ਬਦਲ ਗਈ ਹੁਣ ਹੁਣ ਤੁਸੀਂ ਇੱਕ ਮਿੰਟ ਇੱਕ ਸੁਰਖੀ ਚੀਜ਼ ਪੜ੍ਹਨੀ ਆ ਹੁਣ ਤੁਸੀਂ ਲੰਮੇ ਲੰਮੇ ਲੇਖ ਨਹੀਂ ਪੜ੍ਹਦੇ ਹੋਗੇ ਜੇ ਲੰਮੇ ਲੰਮੇ ਅੱਛਾ ਦੇਖਣ ਦੇ ਵਿੱਚ ਵੀ ਹੁਣ ਆਪਣਾ ਜਿਵੇਂ ਪ੍ਰੋਗਰਾਮ ਇੰਨਾ ਲੰਮਾ ਹੋਏਗਾ ਅੱਧਾ ਘੰਟੇ ਗਿਆਨ ਵਾਲਾ ਵਾ ਪਰ ਨਵਾਂ ਮੀਡੀਆ ਕਿਨਾਂ ਗਿਆਨ ਨਹੀਂ ਲੈਣਾ ਇੱਕ ਮਿੰਟ ਦੀ ਕੁਛ ਫਟਾਫਟ ਗੱਲ ਕਰ ਦੋ 30 ਮਿੰਟ ਚ ਮਗਾ ਦੋ 30 ਮਿੰਟ ਚ ਮਗਾ ਦੋ ਇਹ ਮਤਲਬ ਇਹ ਦੀ ਇਹ ਚੀਜ਼ਾਂ ਹੈਗੀ ਇਹ ਇਹਨੂੰ ਹੁਣ ਅਸੀਂ ਕਿਵੇਂ ਹੱਲ ਕਰਨਾ ਅੱਗੇ ਇਹਦਾ ਕੀ ਹੱਲ ਹੋਏਗਾ ਇਹ ਇੱਕ ਬਿਸ਼ਾਏਗਾ ਇਹਨੇ ਇੱਕ ਵਨਗੀਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿਉਂਕਿ ਹਰ ਇੱਕ ਚੀਜ਼ ਦੀ ਇੱਕ ਵਨਗੀ ਹੁੰਦੀ ਹੈ ਜਦੋਂ ਅਸੀਂ ਸਾਹਿਤ ਦੀ ਗੱਲ ਕਰਦੇ ਹਾਂ ਸਾਹਾਂ ਦੀਆਂ ਆਪਣੀਆਂ ਵਨਗੀਆਂ ਨੇ ਜਦੋਂ ਮੀਡੀਆ ਦੀ ਗੱਲ ਕਰਦੇ ਹਾਂ ਇਹਦੀਆਂ ਵੀ ਆਪਣੀਆਂ ਵਨਗੀਆਂ ਨੇ ਇਹਦੀਆਂ ਵਨਗੀਆਂ ਦੀ ਜਦੋਂ ਮੈਂ ਗੱਲ ਕਰ ਲਵਾਂ ਤੇ ਮੇਰੇ ਵਰਗੇ ਹੋਗੇ ਐਂਕਰ ਹੋਗੇ ਤੁਹਾਡੇ ਵਰਗੇ ਲੇਖਕ ਹੋਗੇ ਸੂ ਜਵਾਨ ਹੋਗੇ ਕੈਮਰਾਮੈਨ ਹੋਗੇ ਐਡੀਟਰ ਹੋਗੇ ਗ੍ਰਾਫਿਕਸ ਵਾਲੇ ਹੋਗੇ ਵੈਬ ਡਿਜ਼ਾਈਨਰ ਹੋਗੇ ਇਹ ਵਕ ਵਕ ਵਿਸ਼ੇ ਨੇ ਜਾਂ ਵਕ ਵਕ ਬਨਗੀਆਂ ਨੇ ਜਿਹੜੀਆਂ ਮੀਡੀਆ ਦੀਆਂ ਬਨਗੀਆਂ ਨੇ ਵਕ ਵਕ ਬਨਗੀਆਂ ਦੇ ਵਿੱਚ ਕੰਮ ਕਰਨਾ ਇੱਕ ਗੱਲ ਹੋ ਗਈ ਔਰ ਇੱਕ ਬੰਦਾ ਇਹਦਾ ਜਿਹੜਾ ਐਂਕਰ ਵੀ ਹੈ ਜਿਹੜਾ ਐਡੀਟਰ ਵੀ ਹੈ ਤੁਹਾਡੇ ਵਰਗਾ ਹੈਨਾ ਜਿਹੜਾ ਲੇਖਕ ਵੀ ਹੈ ਤੁਹਾਨੂੰ ਕੀ ਲੱਗਦਾ ਕਿ ਇੱਕ ਬੰਦੇ ਦੇ ਵਿੱਚ ਇਹ ਸਾਰੀਆਂ ਕੁਆਲਿਟੀਆਂ ਹੋਣ ਦੇ ਨਾਲ ਕੀ ਉਹ ਚੰਗਾ ਪੈਸਾ ਕਮਾ ਕੇ ਆਪਣਾ ਚੰਗਾ ਭਵਿੱਖ ਸੁਰੱਖਿਅਤ ਕਰ ਸਕਦਾ Uh, मैं फिर दोबारा उस गलते आना कि uh, जर्नलिस्टली पैसा जरूरी है मेरे लिए पैसा जरूरी है पर यार इन्ना भी जरूरी नहीं है पैसा कि म, भी मैं कह भी मैं भी मेरे को इन क्वालिटीज़ ने मैं पैसा ही कमावाना ਸਵਾਲ ਇਹ ਹੈਗਾ ਕਿ ਸਕਿੱਲ ਤੁਹਾਡੇ ਹੋਰ ਬਹੁਤ ਕੰਮ ਆਉਂਦੇ ਨੇ ਜਿਵੇਂ ਕਿ ਤੁਹਾਡੇ ਮਹਾਰਸਤਰੀ ਲਈ ਤੁਹਾਡੀ ਪ੍ਰਤੀਬੱਧਤਾ ਕਿਹੜੀ ਹੈਗੀ ਆ ਹੋਰ ਹੋਰ ਚੀਜ਼ਾਂ ਹੈਗੀਆਂ ਦੇਖੋ ਜਿਹੜਾ ਜੇ ਤੁਸੀਂ ਇਹ ਨਹੀਂ ਸਵਾਲ ਹੈ ਤੁਹਾਡਾ ਕਿਉਂ ਕੰਮ ਆਉਂਦਾ ਬਿਲਕੁਲ ਆਉਂਦਾ ਫੋਰ ਐਗਜ਼ਾਮਪਲ ਜਿਵੇਂ ਹੁਣ ਮੈਂ ਆਪਣੀ ਆਵਾਜ਼ ਵੀ ਜਿਹੜਾ ਹੈਗਾ ਆਵਾਜ਼ ਰਾਹੀਂ ਵੀ ਕੰਮ ਕਰਦਾ ਹੈਗਾ ਮੈਂ ਲਿਖਦਾ ਵੀ ਹੈ ਤੇ ਕਈ ਜਗ੍ਹਾ ਤੇ ਮੇਰੇ ਲੈਕਚਰ ਵੀ ਹੁੰਦੇ ਹੈਗੇ ਨੇ ਉਹਦੇ ਮੈਨੂੰ ਹੁੰਦਾ ਫਾਇਦਾ ਹੁੰਦਾ ਹੀ ਹੈ ਮਤਲਬ ਪਰ ਉਹ ਇੱਕ ਚੀਜ਼ ਜਿਹੜੀ ਮੈਨੂੰ ਲੱਗਦਾ ਨਾ ਤੁਹਾਨੂੰ ਅੱਗੇ ਜਾ ਕੇ ਕਿਤੇ ਨਾ ਕਿਤੇ ਦਿੱਕਤ ਨਹੀਂ ਕਰੇਗੀ ਜੇ ਤੁਹਾਡੇ ਪ੍ਰਚਾਰਕ ਤੌਰ ਤੇ ਤੁਸੀਂ ਸ਼ਾਰਪ ਹੋਵੋਗੇ ਚੀਜ਼ਾਂ ਨੂੰ ਸਮਝਣਾ ਕਿਉਂਕਿ ਅੱਜ ਨਾ ਜਿਹੜਾ ਸਭ ਤੋਂ ਵੱਡਾ ਸੰਕਟ ਆ ਸਾਡੇ মিডিਆ ਦਾ ਉਹ ਉਹਦੀ ਜਿਹੜੀ ਵਿਚਾਰਕ ਸੋਝ ਹੈ ਜਿਹੜੀ ਉਹਦੀ ਇੱਕ ਵਿਸ਼ਲੇਸ਼ਣੀ ਸੋਝ ਆ ਉਹ ਇੱਕ ਤਾਂ ਗਾਇਬ ਹੈਗੀ ਆ ਜੀ ਇਹ ਜਿਹੜਾ ਇਨਵੈਸਟੀਗੇਸ਼ਨ ਜਰਨਲਿਜ਼ਮ ਆ ਉਹ ਹੁਣ ਹਲੇ ਨਦਾਰਤ ਹੈ ਉਹ ਦਿਖਣੀ ਨਹੀਂ ਰਹੀ ਉਹ ਗਾਇਬ ਹੈਗੀ ਆ ਉਹ ਉਹ ਚੀਜ਼ਾਂ ਮੈਨੂੰ ਲੱਗਦਾ ਕਿ ਮੈਂ ਨਵੀਂ ਪੀੜੀ ਤੋਂ ਵਾਸਤ ਰੱਖਦਾ ਕਿ ਜਿਹੜੇ ਸਖਪੇ ਰਹਿ ਗਏ ਨੇ ਉਹਨਾਂ ਨੂੰ ਪੂਰਿਆ ਕਰਨਗੇ ਜਦੋਂ ਤੁਸੀਂ ਇਸ ਲਾਈਨ ਵਿੱਚ ਆ ਜਦੋਂ ਮੈਂ ਇਸ ਲਾਈਨ ਵਿੱਚ ਆ ਉਦੋਂ ਮੈਨੂੰ ਲੱਗਦਾ ਮਾਸਕ ਕਮਿਊਨੀਕੇਸ਼ਨ ਨਵਾਂ ਨਵਾਂ ਜਿਵੇਂ ਦੌਰ ਜਿਆ ਹੋਇਆ ਸੀ ਵੀ ਹਾਂ ਤੇ ਉਦੋਂ ਬੜਿਆਂ ਨੂੰ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਵੀ ਮਾਸਕ ਕਮਿਊਨੀਕੇਸ਼ਨ ਅਸਲ ਦੇ ਵਿੱਚ ਹੈ ਕੀ ਹੈ ਭਾਵੇਂ ਬਾਅਦ ਵਿੱਚ ਮੈਂ ਵੀ ਕਰ ਲਿਆ ਤੁਸੀਂ ਵੀ ਕਰ ਲਿਆ ਹੋਰ ਵੀ ਬਹੁਤ ਸਾਰੇ ਅੱਜ ਦੇ ਯੁੱਗ ਦੀ ਗੱਲ ਕਰਦੇ ਹਾਂ ਧੜਾ ਧੜ ਬੱਚੇ ਕਰਦੇ ਪਏ ਮਾਸਕ ਕਮਿਊਨੀਕੇਸ਼ਨ ਔਰ ਨਵੀਆਂ ਨਵੀਆਂ ਚੀਜ਼ਾਂ ਨਵੀਆਂ ਨਵੀਆਂ ਸਭ ਸਿੱਖਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਪਈ ਹੈ ਪਰ ਵੱਡੀ ਗੱਲ ਇਹ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਸੋਸ਼ਲ ਮੀਡੀਆ ਦੇ ਜਿਹੜੇ ਅਸੀਂ ਗੱਲ ਕਰਦੇ ਆ ਨਾ ਸ਼ਿਵਿੰਦਰ ਜੀ ਬੜਾ ਮੈਨੂੰ ਇਹ ਗੱਲ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਵੀ ਕਾਹਨ ਕੀਤਾ ਜਾਂਦਾ ਪਿਆ ਬਹੁਤ ਸਾਰੇ ਇਹੋ ਜਿਹੇ ਚੈਨਲ ਚੰਗਾ ਕੰਟੈਂਟ ਤੁਹਾਨੂੰ ਦਿੰਦੇ ਪਿਆ ਪਰ ਬਹੁਤ ਸਾਰੇ ਇਹੋ ਜਿਹੇ ਵੀ ਹੈ ਜਿਹੜਾ ਦੇਖਣ ਵਾਲਾ ਨਹੀਂ ਹੁੰਦਾ ਦੇਖਣ ਯੋਗ ਨਹੀਂ ਹੁੰਦਾ ਪਰ ਉਹ ਚੀਜ਼ ਚਲਦੀ ਪਈ ਹੈ ਕਿ ਉਸ ਚੀਜ਼ ਦੇ ਉੱਤੇ ਕਿਸੇ ਵੀ ਪ੍ਰਕਾਰ ਦੀ ਕੋਈ ਰੋਕ ਨਹੀਂ ਲੱਗ ਸਕਦੀ ਜਿਹੜੇ ਨਾ ਮਾਸ ਕਮਿਊਨੀਕੇਸ਼ਨ ਦਾ ਇੱਕ ਫਾਇਦਾ ਹੈਗਾ ਜਿਹੜੀ ਹਰਿਆਣੇ ਯੂਨੀਵਰਸਿਟੀਆਂ ਦੇ ਵਿੱਚ ਸ਼ੁਰੂ ਹੋਇਆ ਹਾਲਾਂਕਿ ਦੇਖੋ ਮੇਰੇ ਵੇਲੇ ਵੀ ਇਹੀ ਤੁਹਾਡੇ ਵਾਲੀ ਸੀਗਾ ਮੈਂ ਐਕਚੁਅਲੀ ਪੱਤਰਕਾਰੀ ਤਾਂ 14-15 ਸਾਲ ਦੀ 15 ਸਾਲ ਦੀ ਵਿੱਚ ਆ ਗਿਆ ਸੀਗਾ ਅਖਬਾਰਾਂ ਨਾਲ ਜੁੜ ਗਿਆ ਸੀ ਮਾਸ ਕਮਿਊਨੀਕੇਸ਼ਨ ਦੇ ਵਰਗੇ ਕੋਰਸ ਤੁਹਾਡਾ ਇੰਨਾ ਕਰ ਦਿੰਦੇ ਨੇ ਜਿਵੇਂ ਨਾ ਮੰਨ ਲਓ ਹੁਣ ਤੁਸੀਂ ਕੋਈ ਰਿਪੋਰਟ ਕਰਨੀ ਆ ਜੀ ਕਿਤੇ ਵਿਜ਼ੂਅਲ ਦਿਖਾਉਣਾ ਤੁਹਾਨੂੰ ਪਤਾ ਉਹ ਤੁਹਾਨੂੰ ਇੰਨੀ ਕਕਲ ਦੇ ਦਿੰਦੇ ਨੇ ਕਿ ਯਾਰ ਇੱਥੇ ਬੱਚੇ ਦੀ ਫੋਟੋ ਨਹੀਂ ਹੋਰ ਦਿਖਾਉਣੀ ਜੀ ਇੱਥੇ ਹੁਣ ਕੋਈ ਪੀੜਤ ਹੈ ਉਹਦਾ ਨਾਮ ਲਿਖਣਾ ਕਿ ਨਹੀਂ ਲਿਖਣਾ ਇਹ ਚੀਜ਼ ਤਾਨੂੰ ਬੇਸਿਕ ਆ ਜਾਂਦੀ ਹੈ ਹਾਲਾਂਕਿ ਮੈਂ ਮਾਸ ਕਮਿਊਨੀਕੇਸ਼ਨ ਦੇ ਜਿਹੜੇ ਪੰਜਾਬ ਚ ਪੜਾਈ ਜਾਂਦੀ ਉਹਦੇ ਤੇ ਵੀ ਇੱਕ ਸਟੱਡੀ ਕੀਤੀ ਹੋਈ ਆ ਉਹਦੇ ਵਿੱਚ ਨਾ ਬਹੁਤ ਹਾਲੇ ਕਮਜ਼ੋਰੀਆਂ ਹੈਗੀਆਂ ਕੋਈ ਕਿਤੇ ਉਹ ਸਿਲੇਬਸ ਨਹੀਂ ਹਾਲੇ ਚੇਂਜ ਹੋਇਆ ਉਹਨਾਂ ਦਾ ਉਸੇ ਤਰ੍ਹਾਂ ਹੀ ਪਿਆ ਹਾਲੇ ਇਵਨ ਨੀਤੂ ਨੂੰ ਕਈ ਥਾਵਾਂ ਤੇ ਓਬੀ ਬੈਂਡ ਦਾ ਵੀ ਨਹੀਂ ਪਤਾ ਹੈਗਾ ਤੇ ਜੋ ਤੁਸੀਂ ਦੇਖ ਲਓ ਲੇਕਿਨ ਇਹਦੇ باوجود ਜਿਹੜੇ ਇੱਕ ਬੇਸਿਕ ਕੁਝ ਚੀਜ਼ਾਂ ਹੁੰਦੀਆਂ ਨਾ ਉਹ ਤੁਹਾਨੂੰ ਦੱਸੀਆਂ ਜਾਂਦੀਆਂ ਹੈਗੀਆਂ ਉਹਦੇ ਨਾਲ ਬੱਚੇ ਦੇ ਕੰਮ ਆ ਜਾਂਦੀ ਹੈ ਬਾਕੀ ਤੇ ਤੁਹਾਡਾ ਆਪਣਾ ਟੈਲੈਂਟ ਹੈ ਆਪਣਾ ਦਿਮਾਗ ਹੈ ਜਿਵੇਂ ਉਹ ਸਟੋਰੀ ਟੇਲਰ ਬਣਨਾ ਤੁਸੀਂ ਉਹਦੇ ਲਈ ਤਾਂ ਤੁਹਾਨੂੰ ਬਹੁਤ ਜਿਹੜੀਆਂ ਸਟੋਰੀਜ਼ ਪੁਰਾਣੀਆਂ ਛਪੀਆਂ ਹੋਈਆਂ ਨੇ ਜਾਂ ਹੋਈਆਂ ਉਹਨੂੰ ਦੇਖ ਕੇ ਫਿਰ ਆਪਣੇ ਕ੍ਰੇਏਟ ਤੁਹਾਡੇ ਚ ਕ੍ਰिएशन ਕਰਨ ਦੀ ਤਾਕਤ ਹੋਏਗੀ ਤੁਸੀਂ ਜਿਹੜਾ ਫੀਚਰ ਲਿਖਣਾ ਤੁਹਾਨੂੰ ਆਪ ਜਿਹੜਾ ਪੜ੍ਹ ਕੇ ਫਿਰ ਤੁਹਾਡੀ ਕ੍ਰੇਟੀਵਿਟੀ ਆਉਂਦੀ ਪਰ ਉਹ ਕ੍ਰੇਟੀਵਿਟੀ ਨੂੰ ਇੱਕ ਸਿਸਟਮੈਟਿਕ ਢੰਗ ਨਾਲ ਕਿਵੇਂ ਕਰਨਾ ਉਹ ਤੁਹਾਨੂੰ ਉਹਦਾ ਰਿ ਸਿਖਾ ਦਿੰਦੇ ਨੇ ਪਰਿੰਦਾ ਜੀ ਇੱਥੇ ਇੱਕ ਚੀਜ਼ ਹੋਰ ਆ ਜਾਂਦੀ ਹੈ ਨਾ ਕਹਿੰਦੇ ਕਿ ਜਦੋਂ ਐਕਸਪੀਰੀਅੰਸ ਹੋ ਜਾਂਦਾ ਨ ਨਿਕਲਦਾ ਰਹਿੰਦਾ ਇੱਕ ਕਿਤਾਬੀ ਗਿਆਨ ਤੇ ਇੱਕ ਜਿਹੜਾ ਤੁਹਾਨੂੰ ਗਿਆਨ ਦੂਜਾ ਹੁੰਦਾ ਵਾ ਮਤਲਬ ਜਿਹੜਾ ਲਗਾਤਾਰ ਉਸ ਚੀਜ਼ ਦੇ ਵਿੱਚੋਂ ਨਿਕਲ ਕੇ ਹੁੰਦਾ ਉਹਨਾਂ ਦੋਨਾਂ ਦੇ ਵਿੱਚ ਬੜਾ ਅੰਤਰ ਹੁੰਦਾ ਪੁਰਾਣੇ ਸਮੇਂ ਦੇ ਵਿੱਚ ਕੋਈ ਮਾਸ ਕਮਿਊਨੀਕੇਸ਼ਨ ਥੋੜੀ ਸੀ ਠੀਕ ਹੈ ਬੰਦੇ ਨੇ 8ਵੀਂ 10ਵੀਂ 12ਵੀਂ ਕੀਤੀ ਚਲੋ ਜੀ ਜਿਹਦਾ ਧਿਆਨ ਪੱਤਰਕਾਰਤਾ ਵਾਲਾ ਉਹ ਉਧਰ ਤੁਰ ਪਿਆ ਹੁਣ ਅਸੀਂ ਕਿਤਾਬੀ ਗਿਆਨ ਦੇ ਮਗਰ ਪੈ ਚੁੱਕੇ ਆ ਕਿ ਜਿਹੜਾ ਅਸੀਂ ਐਕਸਪੀਰੀਅੰਸ ਲੈਨੇ ਆ ਜਿਹੜਾ ਗਿਆਨ ਲੈਨੇ ਆ ਉਹ ਕਹਿੰਦੇ ਨਾ ਵੀ ਤਪ ਤਪ ਕੇ ਜਿਹੜਾ ਸੋਨਾ ਬਣਦਾ ਕਿ ਉਹਦੇ ਵਿੱਚ ਉਹ ਕੰਮ ਕੀਤਾ ਤੇ ਇਹ ਕਿਤਾਬੀ ਗਿਆਨ ਜਿਹੜਾ ਉਹ ਹਾਸਲ ਕੀਤਾ ਦੋਨਾਂ ਚ ਕਿੰਨਾ ਕੁ ਅੰਤਰ ਮਹਿਸੂਸ ਕਰਦੇ ਹੋ ਜਾਂ ਇਹ ਕਹਿ ਸਕਦੇ ਆ ਕਿ ਕਿਤਾਬੀ ਗਿਆਨ ਵੀ ਉਨਾਂ ਹੀ ਜ਼ਰੂਰੀ ਹੈ ਜਿੰਨਾ ਉਹ ਗਿਆਨ ਜ਼ਰੂਰੀ ਹੈ ਪੱਤਰਕਾਰੀ ਇੱਕ ਹੈ ਜੀ ਫੀਲਡ ਹੈ ਜਿਹਦੇ ਵਿੱਚ ਦੋਵੇਂ ਤਰ੍ਹਾਂ ਦਾ ਗਿਆਨ ਜ਼ਰੂਰੀ ਹੈ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਉਦਾਹਰਣ ਦਿੰਦਾ ਜਿਵੇਂ ਹੁਣ ਪਿੱਛੇ ਜੇ ਕੁਝ ਸੂਬਿਆਂ ਦੇ ਵਿੱਚ ਇਲੈਕਸ਼ਨ ਹੋ ਕੇ ਹੱਟੀਆਂ ਤੁਸੀਂ ਉਹ ਇੱਕ ਤਾਂ ਤੁਸੀਂ ਗਰਾਊਂਡ 'ਚ ਦੇਖਦੇ ਹੋ ਵੀ ਉਥੇ ਕੀ ਸਮੱਸਿਆਵਾਂ ਹੈਗੀਆਂ ਨੇ ਕੀ ਰਹਿਗੀਆਂ ਨੇ ਫਿਰ ਤੁਸੀਂ ਕਿਤਾਬ 'ਚੋਂ ਪੜ੍ਹਦੇ ਹੋ ਅੱਛਾ ਵੀ ਇਹਦਾ ਇਹਦਾ ਕਾਸਟ ਫੈਕਟਰ ਇਹ ਰਿਹਾ ਇਹਦਾ ਫਲਾਨਾ ਫੈਕਟਰ ਇਹ ਰਿਹਾ ਇਹ ਦੋਵੇਂ ਚੀਜ਼ਾਂ ਜਦੋਂ ਜਰਨਲਿਸਟ ਸਟੱਡੀ ਕਰਦਾ ਨਾ ਫਿਰ ਉਹਦੀ ਸਟੋਰੀ ਨਿਕਲਦੀ ਹੈ ਇਸੇ ਤਰ੍ਹਾਂ ਜੇ ਤੁਸੀਂ ਪੰਜਾਬ ਦੇ ਵਿੱਚ ਗੱਲ ਕਰਦੇ ਹੋ ਤੁਸੀਂ ਪੰਜਾਬ ਦੇ ਉੱਤੇ ਕਿਸੇ ਕਲਚਰ ਦੇ ਉੱਤੇ ਸਟੋਰੀ ਕਰਨੀ ਆ ਪਹਿਲਾਂ ਤੁਸੀਂ ਥੋੜਾ ਪੜੋਗੇ ਵੀ ਯਾਰ ਕਿਸੇ ਚੀਜ਼ ਨੂੰ ਤੁਸੀਂ ਸਬਜੈਕਟ ਨੂੰ ਹੱਥ ਪਾਉਣੇ ਪੜਦੇ ਤੁਸੀਂ ਵੀ ਤਿਆਰੀ ਕਰਦੇ ਮੈਂ ਵੀ ਕਰਦਾ ਫਿਰ ਅਸੀਂ ਗਰਾਊਂਡ 'ਚ ਜਾਂਦੇ ਆ ਫਿਰ ਜਦੋਂ ਦੋਵਾਂ ਚੀਜ਼ਾਂ ਨੂੰ ਇਕੱਠੇ ਅਸੀਂ ਦੇਖਦੇ ਆ ਫਿਰ ਇੱਕ ਉਹ ਸਟੋਰੀ ਕ੍ਰੀਏਟ ਹੁੰਦੀ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਜਿਹੜੀ ਪੱਤਰਕਾਰੀ ਦੀ ਫੀਲਡ ਹੈ ਇਹ ਕਿਤਾਬੀ ਗੀੜਾ ਨਹੀਂ ਹੈਗੀ ਇਹ ਫੀਲਡ ਦੇ ਵਿੱਚੋਂ ਜਿਹੜੇ ਹੈਗੀ ਆ ਸੱਚ ਪਿਆਉ ਆ ਅੱਛਾ ਕਿਲਾ ਫੀਲਡ ਵਾਲਾ ਸੱਚ ਵੀ ਨਹੀਂ ਕਈ ਵਾਰ ਅਸੀਂ ਦੇਖਣਾ ਹੁੰਦਾ ਵੀ ਜਿਹੜਾ ਫੀਲਡ 'ਚ ਸੱਚ ਪਿਆ ਉਹ ਇਦਾਂ ਕਿਉਂ ਆ ਉਹ ਇਦਾਂ ਨੂੰ ਦੇਖਣ ਲਈ ਸਾਨੂੰ ਪੁਰਾਣੇ ਸੋਰਸ ਦੇਖਣੇ ਪੈਂਦੇ ਨੇ ਇਸ ਲਈ ਮੈਨੂੰ ਲੱਗਦਾ ਕਿ ਇਹਦੇ ਵਿੱਚ ਦੋਵਾਂ ਦੀ ਲੋੜ ਪੈਂਦੀ ਹੈ ਅੱਛਾ ਤੁਹਾਨੂੰ ਲੱਗਦਾ ਕਿ ਅਸੀਂ ਵਾਕਈ ਹੀ ਹਰ ਵੇਲੇ ਜਦੋਂ মিডিਆ ਦੀ ਗੱਲ ਕਰਦੇ ਆ ਤੇ ਉਹ মিডিਆ ਦੀ ਗੱਲ ਕੀਤੀ ਜਾਂਦੀ ਵੀ ਇਹ ਜੋ ਅਸੀਂ ਇਸ ਵੇਲੇ ਜਿਹਦੇ ਵਿੱਚੋਂ ਨਿਕਲਦੇ ਪਏ ਆ ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਕਈ ਵਾਰੀ ਨਾ ਲੋਕ ਇਹ ਅੱਜ ਘਰਾਂ ਘਰਾਂ ਦੇ ਵਿੱਚ ਲੋਕਾਂ ਨੇ ਚੈਨਲ ਬਣਾਏ ਹੋਏ ਨੇ ਹਾਂਜੀ ਹਰ ਇੱਕ ਬੰਦਾ ਆਪਣੀ ਰਸੋਈ ਦੇ ਵਿੱਚ ਖੜਾ ਵੀ ਇੱਕ ਐਂਕਰ ਬਣਿਆ ਫਿਰਦਾ ਹੈ ਹਨਾ ਪੱਤਰਕਾਰ ਬਣਿਆ ਫਿਰਦਾ ਆਪਣੇ ਕਮਰੇ ਦੇ ਵਿੱਚ ਵੀ ਪੱਤਰਕਾਰ ਬਣਿਆ ਫਿਰਦਾ ਆਪਣੇ ਕੰਮ ਵਾਲੀ ਥਾਂ ਦੇ ਉੱਤੇ ਵੀ ਜਿਹੜਾ ਪੱਤਰਕਾਰ ਬਣਿਆ ਫਿਰਦਾ ਯਾਂ ਇਹ ਕਹਿ ਲਈਏ ਵੀ ਐਂਕਰ ਬਣਿਆ ਹੋਇਆ ਯਾਂ ਕੁਝ ਵੀ ਹੈ ਆਪਣਾ ਚੈਨਲ ਖੋਲ ਕੇ ਬੈਠਾ ਹੈ ਇਸ ਚੀਜ਼ ਨੂੰ ਜਦੋਂ ਅਸੀਂ ਵੇਖ ਕੇ ਜੋੜਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੈਸੇ ਇਹਦੇ ਚੋਂ ਕਮਾਏ ਜਾਂਦੇ ਨੇ ਸੋਸ਼ਲ ਮੀਡੀਆ ਦੇ ਦੌਰ ਦੇ ਜਦੋਂ ਗੱਲ ਕਰਦੇ ਹਾਂ ਤੇ ਪੈਸੇ ਆਂਦੇ ਨੇ ਪਰ ਤੁਹਾਨੂੰ ਲੱਗਦਾ ਕਿ ਇਹ ਚੀਜ਼ ਕਿੰਨੇ ਕ ਦਿਨ ਤੱਕ ਚੱਲੇਗੀ ਕਿਉਂਕਿ ਇੱਕ ਸਮਾਂ ਸੀ ਜਦੋਂ ਰੇਡੀਓ ਦਾ ਬੜਾ ਦੌਰ ਸੀ ਇੱਕ ਚੀਜ਼ ਸੀ ਜਦੋਂ ਅਖਬਾਰਾਂ ਦਾ ਬੜਾ ਦੌਰ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਅੱਗੇ ਦੀ ਕੁਝ ਹੈ ਜਾਂ ਇੱਥੇ ਹੀ ਬਸ ਹੈ ਇਹ ਗੱਤ ਹੈਗਾ ਹੈ ਯਾ ਉਹ ਹੁਣ AI ਆ ਗਈ ਹੈ ਜੀ ਅਲੱਗ ਚੁਣੌਤੀਆਂ ਹੈਗੀਆਂ ਨੇ ਪਰ ਮੇਰਾ ਨਾ ਇੱਕ ਮੰਨਣਾ ਸਾਡਾ ਕਨਸਟੀਟਿਊਸ਼ਨ ਭਾਰਤ ਦਾ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਿੰਦਾ ਹੈਗਾ ਮੇਰਾ ਮਤਲਬ ਕਿ ਜਿੰਨੇ ਕੋ ਚੈਨਲ ਆ ਰਹੇ ਨੇ ਬਣਾ ਰਹੇ ਉਹ ਆਪਣੇ ਪਈ ਉਹਨਾਂ ਨੂੰ ਹੱਕ ਹੈ ਜੀ ਪਰ ਰਹੇਗਾ ਉਹੀ ਜਿਹੜਾ ਜਿਹਦੇ ਕੋਲ ਕੁਝ ਚੰਗਾ ਹੋਏਗਾ ਮਟੀਰੀਅਲ ਉਹ ਅੱਗੇ ਚੱਲੇਗਾ ਜਿਹੜੀ ਤਕਨੀਕ ਆ ਤਕਨੀਕ ਦੀ ਤਾਂ ਕੋਈ ਥਾਂ ਨਹੀਂ ਹੈਗੀ ਹੁਣ ਇਹ ਜਿਹੜਾ AI ਆ ਗਈ AI ਨੇ ਅੱਗੇ ਜਾ ਕੇ ਮੀਡੀਆ ਖੇਤਰ 'ਚ ਵੀ ਆਏਗੀ ਉਹਨਾਂ ਨੂੰ ਬਹੁਤ ਸਾਰੇ ਕੈਮਰਾਮੈਨਸ ਦੀ ਲੋੜ ਨਹੀਂ ਪੈਗੀ ਹੋਰਾਂ ਦੀ ਨਹੀਂ ਪੈਗੀ ਇਹਨੂੰ ਕਿਵੇਂ ਨਜਿੱਠਣਾ ਹੈ ਕਿ ਉਹ ਬੇਰੁਜ਼ਗਾਰਤਾ ਨਹੀਂ ਹੋ ਜਾਣਗੇ ਅੱਛਾ ਫਿਰ ਉਸ ਤੋਂ ਬਾਅਦ ਵਿੱਚ AI ਆ ਜਿਹੜੀ ਇਹ ਵੀ ਸਾਨੂੰ ਪਤਾ ਵੀ ਜਿਹੜੀ ਨਵੀਂ ਤਕਨੀਕ ਆਉਂਦੀ ਹੈ ਪਹਿਲਾਂ ਚੁਣੌਤੀ ਲੱਗਦੀ ਹੈ ਫਿਰ ਸਾਡੀ ਮਿੱਤਰ ਬਣ ਜਾਂਦੀ ਹੈ ਜਦੋਂ ਮਿੱਤਰ ਬਣ ਜਾਂਦੀ ਹੈ ਤਾਂ ਇਹ ਵੀ ਸੱਚ ਹੈ ਕਿ ਉਹ ਇਨਸਾਨੀ ਦਿਮਾਗ ਦਾ ਮੁਕਾਬਲਾ ਨਹੀਂ ਹੋ ਸਕਦਾ ਉਹਨਾਂ ਦਾ ਕਿ ਜਿਵੇਂ ਉਹਨੂੰ ਆਪ ਬਣਾ ਲੈਂਦੇ ਆ ਨਾ ਤੇ ਕੋਈ ਉਹ ਪੈਦਾ ਵੀ ਮਨੁੱਖ ਨੇ ਆਪਣੀ ਲੋੜ ਚੋਂ ਕੀਤੀ ਹੋਦੀ ਹੈ ਇਸ ਕਰਕੇ ਜਿਹੜਾ ਤੁਸੀਂ ਕਹਿੰਦੇ ਵੀ ਕੋਈ ਇਹਦਾ ਕੋਈ ਨਵਾਂ ਰੂਪ ਆਏਗਾ ਉਹਦੇ ਤੋਂ ਕੋਈ ਇਨਕਾਰ ਨਹੀਂ ਇਹਨੇ ਸਭ ਜਿਵੇਂ ਜਿਵੇਂ ਮਨੁੱਖੀ ਸਭਿਤਾ ਨੇ ਵਿਕਾਸ ਕੀਤਾ ਮਨੁੱਖ ਨੇ ਵਿਕਾਸ ਕੀਤਾ ਤਕਨੀਕ ਵੀ ਵਿਕਾਸ ਕਰਦੀ ਆ ਸਵਾਲ ਵੱਡਾ ਫਿਰ ਉਹੀ ਹੈ ਕਿ ਤਕਨੀਕ ਨਾਲ ਕੀ ਤੁਹਾਡਾ ਜ਼ਿਹਨ ਵੀ ਉਹਨਾਂ ਵਿਕਾਸ ਕਰੇਗਾ ਕਿ ਨਹੀਂ ਕਰੇਗਾ ਬਿਲਕੁਲ ਇਹ ਬੜਾ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਤੇ ਪੰਜਾਬੀ ਪੱਤਰਕਾਰੀਤਾ ਦਾ ਘੇਰਾ ਜਦੋਂ ਅਸੀਂ ਗੱਲ ਕਰਦੇ ਹਾਂ ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਬਹੁਤ ਸਾਰੀਆਂ ਅੰਗਰੇਜ਼ੀ ਅਖਬਾਰਾਂ ਨੇ ਬਹੁਤ ਸਾਰੇ ਹਿੰਦੀ ਅਖਬਾਰਾਂ ਨੇ ਬਹੁਤ ਸਾਰੇ ਹਿੰਦੀ ਤੇ ਅੰਗਰੇਜ਼ੀ ਚੈਨਲ ਵੀ ਨੇ ਪੰਜਾਬੀ ਕਿਉਂਕਿ ਅੱਜ ਵਿਦੇਸ਼ਾਂ ਦੇ ਵਿੱਚ ਵੀ ਪਹੁੰਚੀ ਹੋਈ ਹੈ ਪੰਜਾਬੀ ਲੋਕ ਅੱਜ ਵਿਦੇਸ਼ਾਂ ਦੇ ਵਿੱਚ ਪਹੁੰਚੇ ਆ ਪੰਜਾਬੀ ਚੈਨਲ ਅੱਜ ਵਿਦੇਸ਼ਾਂ ਦੇ ਵਿੱਚ ਪਹੁੰਚੇ ਨੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਪੰਜਾਬੀ ਚੈਨਲ ਘਟਨੇ ਜਾਂ ਪੰਜਾਬੀ ਘਟਿਆ ਪਰ ਉਹਦੇ باوجود ਤੁਹਾਨੂੰ ਕੀ ਲੱਗਦਾ ਕਿ ਇਹਦਾ ਘੇਰਾ ਕਿੱਡਾ ਹੈ ਇਸ ਸਮੇਂ ਦੇ ਵਿੱਚ ਐਸੇ ਪੰਜਾਬੀ ਜਿਹੜੇ ਅਸੀਂ ਪੰਜਾਬੀ ਬੋਲਣ ਵਾਲੇ ਆ ਪੰਜਾਬੀ ਲੋਕ ਆ ਅਸੀਂ ਸਾਡੀ ਜ਼ੁਬਾਨ ਦੁਨੀਆ ਚ 12ਵੇਂ ਨੰਬਰ ਦੀ ਕਰੀਬ ਦੀ ਜ਼ੁਬਾਨ ਮੰਨੀ ਜਾਂਦੀ ਹੈ 14-15 ਕਰੋੜ ਇਹਨੂੰ ਲੋਕ ਬੋਲਦੇ ਨੇ ਕਿਉਂਕਿ ਪਾਕਿਸਤਾਨੀ ਪੰਜਾਬ ਦੇ ਵਿੱਚ ਵੀ 9 ਕਰੋੜ ਤੋਂ ਉੱਪਰ ਪੰਜਾਬੀ ਰਹਿੰਦੇ ਨੇ ਵੱਡੀ ਗਿਣਤੀ ਉਹਨਾਂ ਦੀ ਹੈ ਫਿਰ ਸਾਡੇ ਵਾਲੇ ਪੰਜਾਬ ਦੇ ਵਿੱਚ ਵੀ ਹੈ ਉਹ ਵਿਦੇਸ਼ਾਂ 'ਚ ਵੀ ਬੈਠੇ ਨੇ ਇਸ ਹਿਸਾਬ ਨਾਲ ਤਾਂ ਸਾਡੇ ਕੋਲ ਜੇ ਅਸੀਂ ਪੰਜਾਬੀ ਮੀਡੀਆ ਨੂੰ ਇੱਕ ਵਧੀਆ ਡਿਵੈਲਪ ਕਰਨਾ ਹੋਵੇ ਨਾ ਬਹੁਤ ਵੱਡੀ ਆਡੀਅנס ਤਾਂ ਸਾਡੀ ਪਰ ਪ੍ਰੋਬਲਮ ਉਹਦੀ ਇਹ ਹੈਗੀ ਕਿ ਜਿਹੜਾ ਹੁਣ ਪਾਕਿਸਤਾਨ ਦਾ ਇੱਕ ਵੱਡਾ ਪੰਜਾਬ ਆ ਉਹਦੇ ਵਿੱਚ ਨਾ ਪੱਤਰਕਾਰੀ ਕਿਉਂਕਿ ਉੱਥੇ ਪੰਜਾਬੀ ਨੂੰ ਮਾਨਤਾ ਨਹੀਂ ਮਿਲੀ ਹੋਈ ਉੱਥੇ ਸਿਰਫ ਦੋ ਕ ਅਖਬਾਰ ਨੇ ਛੋਟੇ-ਛੋਟੇ ਅਖਬਾਰ ਨੇ ਲੁਕਾਈ ਤੇ ਭੁਲੇਖਾ ਵਰਗੇ ਉਹ ਉਹ ਵਿਚਾਰੇ ਸਟਰਗਲ ਲੜ ਰਹੇ ਨੇ ਆਪਣੀ ਵਿ ਹੋਇਆ ਉਹ ਪਰ ਉਹਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਨਾ profession skill ਨਹੀਂ ਹਲੇ ਹੋਏ ਕਿਉਂਕਿ ਉਹਨਾਂ ਨੇ ਆਪਣੀ ਮਾਂ ਬੋਲੀ ਦੀ ਸੇਵਾ ਲਈ ਜਾਂ ਫਿਰ ਉਹਦੇ ਵਿੱਚ ਵੀ ਅਸੀਂ ਉਦੇਸ਼ ਕਮਿਊਨਿਟੀ ਵਿੱਚ ਉਹ ਕਰਨ ਲਈ ਕੀਤਾ ਹੈਗਾ ਜੀ ਇੰਡੀਆ ਦੇ ਵਿੱਚ ਹਲੇ ਮੈਂ ਜਿਹੜੇ ਤੌਰ ਗੱਲ ਕਰ ਕੀਤੀ ਹੈ ਇੱਕ ਹੋਰ ਚੀਜ਼ ਪੰਜਾਬੀ ਪੱਤਰਕਾਰੀ ਹਮੇਸ਼ਾ ਤਿੰਨ ਸੰਕਟਾਂ ਦਾ ਸ਼ਿਕਾਰ ਰਹੀ ਹੈ ਓਕੇ ਇਹ ਜੀ ਪੱਤਰਕਾਰੀ ਤਾਂ ਮੈਂ ਮੇਰਾ ਸ਼ੌਕ ਹੈ ਪੱਤਰਕਾਰੀ ਮੇਰਾ ਮਿਸ਼ਨ ਹੈ ਇੱਕ ਪੱਤਰਕਾਰ ਹੀ ਮੇਰਾ profession ਹੈ ਇਤਨਾ ਚੋ ਕੀ ਹੋਵੇ ਹਰਪੱਜਨ ਹਲਵਾਰ ਵੀ ਸਾਡੇ ਬਹੁਤ ਪੁਰਾਣੇ ਮਰਹੂਮ ਸ਼ਾਇਰ ਤੇ ਪੱਤਰਕਾਰ ਵੀ ਹੋਏ ਨੇ ਉਹ ਕਹਿੰਦੇ ਹੁੰਦੇ ਸੀਗੇ ਕਿ ਪੱਤਰਕਾਰ ਹੀ ਸ਼ੌਕ ਨਹੀਂ ਹੈਗਾ ਯਾਰ ਜੇ ਸ਼ੌਕ ਹੈ ਤਾਂ ਤੁਸੀਂ ਕਬੂਤਰ ਪਾਲ ਲਓ ਕਹਿੰਦੇ ਪੱਤਰਕਾਰੀ ਇੱਕ ਜਨੂਨ ਹੈ ਇਹ ਉਹ ਜਨੂਨ ਹੈ ਇੱਕ profession ਹੈ ਜਿਹੜੇ profession ਦੀ ਤੁਹਾਡੇ ਜਨੂਨ ਹੋਣਾ ਚਾਹੀਦਾ ਸੋ ਮੈਨੂੰ ਇਹ ਲੱਗਦਾ ਕਿ ਇਹ ਜਿਹੜੇ ਤਿੰਨ ਸੰਕਟ ਹਨ ਇਹ ਤਿੰਨ ਸੰਕਟਾਂ ਚੋਂ ਪੰਜਾਬ ਨਿਕਲ ਸਕਦਾ ਸੀ ਇੱਕ ਹੁਣ ਸਮਾਸੀਗਾ ਨਿਕਲਣ ਦਾ ਪਰ ਅਜੇ ਤੱਕ ਉਹ ਸੰਕਟ ਚੋਂ ਨਿਕਲਿਆ ਨਹੀਂ ਹੈਗਾ ਉਹਨੂੰ ਤੈਅ ਕਰਨਾ ਪਏਗਾ ਪੰਜਾਬੀ ਪੱਤਰਕਾਰੀ ਨੂੰ ਕਿ ਇਹਨੂੰ ਇਸੀ professionਲ ਤੌਰ ਦੇ ਉੱਤੇ ਕਿਵੇਂ ਕਰਨਾ ਇੱਕ ਫਿਰ ਲੈਂਗੁਏਜ ਦਾ ਵੀ ਸੰਕਟ ਹੈ ਜਿਵੇਂ ਅਜੇ ਤੱਕ ਨਾ ਅਖਬਾਰਾਂ ਦੇ ਵਿੱਚ ਆਪਾਂ ਦੇਖੀਏ ਉਹ ਟੀਵੀ ਚ ਵੀ ਹੈ ਕਿਉਂਕਿ ਹੁਣ ਬਹੁਤ ਜਿਹੜੇ ਪ੍ਰਾਈਵੇਟ ਚੈਨਲ ਆ ਉਹਨਾਂ ਦੇ ਨਾ ਜਿਹੜੇ ਐਡੀਟਰ ਨੇ ਨਾਨ ਪੰਜਾਬੀ ਨੇ ਮੈਂ ਮੈਂ ਇਹ ਵੀ ਗੱਲ ਕਰਨ ਲੱਗੀ ਸੀ ਬਹੁਤ ਦੁੱਖ ਹੁੰਦਾ ਉਸ ਵੇਲੇ ਹਾਂ ਔਰ ਮੈਂ ਤਾਂ ਮੈਂ ਖੁਦ ਵੀ ਮੇਰਾ ਮੈਂ ਪੰਜਾਬੀ ਨੂੰ ਬਹੁਤ ਪਿਆਰ ਕਰਦੀ ਹਾਂ ਇੱਥੇ ਤੱਕ ਕਿ ਮੇਰੇ ਦਾ ਫੋਨ ਦੇ ਵਿੱਚ ਸਭ ਦੇ ਨੰਬਰ ਵੀ ਜਿਹੜੇ ਉਹ ਪੰਜਾਬੀ ਦੇ ਵਿੱਚ ਸੇਵ ਹੈ ਜੇ ਸੋਸ਼ਲ ਮੀਡੀਆ ਦੀ ਵੀ ਮੈਂ ਗੱਲ ਕਰਾਂ ਤੇ ਉੱਥੇ ਵੀ ਮੇਰਾ ਨਾਮ ਪੰਜਾਬੀ ਵਿੱਚ ਹੀ ਲਿਖਿਆ ਜੇ ਮੈਨੂੰ ਕੋਈ ਲੱਭਣਾ ਚਾਵੇ ਤਾਂ ਲੱਭ ਹੀ ਨਹੀਂ ਸਕਦਾ ਕਿਉਂਕਿ ਮੈਂ ਅੰਗਰੇਜ਼ੀ ਵਿੱਚ ਨਹੀਂ ਲਿਖਿਆ ਮੈਂ ਪੰਜਾਬੀ ਵਿੱਚ ਲਿਖਿਆ ਆਪਣਾ ਨਾਮ ਮੈਂ ਪੰਜਾਬ ਦੇ ਨਾਲ ਸੰਬੰਧਤ ਹਾਂ ਤੇ ਮੈਨੂੰ ਪੰਜਾਬੀ ਨਾਲ ਬਹੁਤ ਪਿਆਰ ਆ ਆਪਣੀ ਭਾਸ਼ਾ ਨਾਲ ਮੈਨੂੰ ਬਹੁਤ ਪਿਆਰ ਆ ਕਿ ਮੇਰੀ ਮਾਂ ਨੇ ਮੈਨੂੰ ਭਾਸ਼ਾ ਸਿਖਾਈ ਹੈ ਵੱਡੀ ਗੱਲ ਇਹ ਹੁਣ ਤੁਸੀਂ ਗੱਲ ਕੀਤੀ ਤਾਂ ਮੈਨੂੰ ਚੇਤਾ ਆ ਗਿਆ ਮੇਰਾ ਵੀ ਮਨ ਸੀਗਾ ਕਿ ਇਸ ਵਿਸ਼ੇ ਤੇ ਗੱਲਬਾਤ ਜ਼ਰੂਰ ਕੀਤੀ ਜਾਵੇ ਮੈਂ ਇੱਕ ਪ੍ਰਾਈਵੇਟ ਅਦਾਰੇ ਦੇ ਵਿੱਚ ਵੀ ਕੰਮ ਕੀਤਾ ਉੱਥੇ ਉਹਨਾਂ ਨੇ ਐਡੀਟਰ ਇੱਕ ਨਾਨ ਪੰਜਾਬੀ ਰੱਖਿਆ ਹੋਇਆ ਸੀ ਜਿਹਨੂੰ ਪੰਜਾਬੀ ਨਹੀਂ ਆਂਦੀ ਸੀ ਜਦੋਂ ਮੈਂ ਉਹਨੂੰ ਥੰਬਨੇਲ ਦੇਣਾ ਨਾ ਵੀ ਆਹ ਲਗਾ ਦਿਓ ਥੰਬਨੇਲ ਦੇਣਾ ਤੇ ਉਹਨੇ ਕੀ ਕਰਨਾ ਕਿ ਜੇ ਮੰਨ ਲਓ ਮੇਰੇ ਕੋਲ ਕੋਈ ਗਲਤੀ ਹੋ ਗਈ ਉਹਨੇ ਉਹਦੇ ਹੀ ਲਾ ਦਿੰਨਾ ਚੱਕ ਕੇ ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈ ਤੁਹਾਨੂੰ ਕੀ ਲੱਗਦਾ ਕਿ ਇੱਕ ਜਦੋਂ ਅਸੀਂ ਕੋਈ ਵੀ ਚੈਨਲ ਚਲਾ ਰਹੇ ਹਾਂ ਕੋਈ ਵੀ ਅਦਾਰਾ ਜਾਂ ਕੋਈ ਵੀ ਜਗ੍ਹਾ ਵੈ ਉੱਥੇ ਖੇਤਰੀ ਭਾਸ਼ਾ ਦਾ ਬੰਦਾ ਜਾਂ ਖੇਤਰੀ ਭਾਸ਼ਾ ਦਾ ਐਡੀਟਰ ਕਿੰਨਾ ਕੁ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਚੈਨਲਾਂ 'ਚ ਦੇਖਦੇ ਹਾਂ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ ਪੰਜਾਬੀ ਭਾਸ਼ਾ ਵਿੱਚ ਵੇਖ ਕੇ ਸਾਨੂੰ ਖੁਦ ਨੂੰ ਸ਼ਰਮ ਆ ਜਾਂਦੀ ਹੈ ਕਿ ਕਿੰਨੀ ਵੱਡੀ ਗਲਤੀ ਹੈ ਕਿੰਨਾ ਵੱਡਾ ਉਹ ਕਹਿੰਦਾ ਬਲੰਡਰ ਮਿਸਟੇਕ ਆ ਉਹਨੂੰ ਦੁੱਖ ਲੱਗਦਾ ਇਸ ਗੱਲ ਦਾ ਦੇਖੋ ਇੱਕ ਨਾ ਮੀਡੀਆ ਚ ਵੀ ਚੀਜ਼ ਆਈ ਹੈ ਪ੍ਰਿੰਟ ਦੇ ਵਿੱਚ ਵੀ ਇਲੈਕਟ੍ਰੋਨਿਕ ਦੇ ਵੀ ਐਡੀਟਰ ਦੀ अहमियत ਘਟ ਗਈ ਮੈਨੇਜਰ ਦੀ ਵੱਧ ਗਈ ਇਹਦਾ ਮਤਲਬ ਮੈਨੇਜਰ ਨੇ ਵਪਾਰ ਕਰਨਾ ਐਡੀਟਰ ਘਟ ਗਿਆ ਜੇ ਐਡੀਟਰ ਦੀ अहमियत ਹੁੰਦੀ ਤਾਂ ਐਡੀਟਰ ਅੱਛੇ ਹੁੰਦੇ ਉਹ ਪੰਜਾਬ ਦੇ ਵਿੱਚ ਹੁੰਦੇ ਪੰਜਾਬੀ ਜ਼ੁਬਾਨ ਨੂੰ ਸਮਝਣ ਵਾਲੇ ਹੁੰਦੇ ਉਹ ਨਹੀਂ ਹੈਗੇ ਪੰਜਾਬੀ ਭਾਸ਼ਾ ਦੇ ਇੱਕ ਤਏ ਸੰਕਟ ਹੋ ਗਿਆ ਵੱਡਾ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਐਡੀਟਰ ਬੱਚੇ ਵੱਡਣਾ ਨਹੀਂ ਪਸੰਦ ਕਰਦੇ ਨਾ ਜਿਹੜਾ ਕਾਰਪੋਰੇਟ ਕਰਾਣਾ ਨਾ ਉਹ ਐਡੀਟਰ ਨੂੰ ਮਾਈਨਸ ਕਰਤਾ ਉਹਨੇ ਉਹਦੇ ਉੱਪਰ ਮੈਨੇਜਰ ਲਿਆ ਕੇ ਰੱਖ ਦਿੱਤਾ ਵੀ ਉਹ ਮੈਨੇਜਰ ਦਾ ਕੰਮ ਕੀ ਹੁੰਦਾ ਮੈਨੇਜਮੈਂਟ ਲਈ ਪੈਸਾ ਕਮਾਉਣਾ ਐਡਾ ਲੈਣੀ ਫਲਾਣਾ ਢਿੰਗੜਾ ਤੇ ਐਡੀਟਰ ਦਾ ਕੰਮ ਹੁੰਦਾ ਕੰਟੈਂਟ ਨੂੰ ਵਧੀਆ ਬਣਾਉਣਾ 1000 ਨੂੰ ਜਿਹੜਾ ਹੈਗਾ ਉਹਨੂੰ ਤਕੜਾ ਕਰਨਾ ਇਹ ਮਤਲਬ ਸਾਡੇ ਪੂਰੇ ਇੰਡੀਆ 'ਚ ਇਹ ਵਰਤਾਰਾ ਕਿਸੇ ਇੱਕ ਦੀ ਮੈਂ ਗੱਲ ਨਹੀਂ ਕਰ ਰਿਹਾ ਓਵਰਆਲ ਬਤਾਰਾ ਇਹਨੇ ਮਤਲਬ ਇੱਕ ਪੱਤਰਕਾਰੀ ਤੇ ਜਿਹਨੇ ਨਾ ਇੱਕ ਕੰਟੈਂਟ ਦੇ ਤੌਰ ਦੇ ਉੱਤੇ ਨੁਕਸਾਨ ਕੀਤਾ ਹੈਗਾ ਦੂਜਾ ਇਹ ਆਪਾਂ ਪੰਜਾਬੀ ਦੀ ਗੱਲ ਕਰੀਏ ਕਿਉਂਕਿ ਉਹ ਮੈਂ ਗੱਲ ਓਵਰਆਲ ਇੰਡੀਆ ਦੀ ਕਰ ਰਿਹਾ ਜੇ ਪੰਜਾਬੀ ਦੀ ਗੱਲ ਕਰੀਏ ਇੱਕ ਪੰਜਾਬੀ ਭਾਸ਼ਾ ਦਾ ਵੀ ਇੱਕ ਸੰਕਟ ਹੈ ਵੱਡਾ ਜਿਵੇਂ ਉਹ ਨਾ ਅਜੇ ਤੱਕ ਅਸੀਂ ਆਪਣੀ ਵਿਆਕਰਣ ਨਹੀਂ ਬਣਾ ਸਕਿਆ ਪੰਜਾਬੀ মিডিਆ ਤੁਸੀਂ ਦੇਖਿਆ ਹੋਵੇਗਾ ਕਿ ਡਿਫਰੈਂਟ ਡਿਫਰੈਂਟ ਅਖਬਾਰਾਂ 'ਚ ਪੰਜਾਬੀ ਦੇ ਅੱਖਰ ਕਿਵੇਂ ਲੈਂਗੁਏਜ ਨੇ ਆਪਣੀ ਵਿਆਕਰਨ ਬਣਾ ਲਈ ਹੈ ਹਿੰਦੀ ਨੇ ਵੀ ਬਣਾ ਲਈ ਹੈ ਉਹਦੇ ਕਾਫੀ ਸਮੇ ਦੀ ਹੋਈ ਹੈ ਅਸੀਂ ਇਹ ਬਣਾ ਨਹੀਂ ਸਕੇ ਮੈਨੂੰ ਲੱਗਦਾ ਇਹਦੇ ਲਈ ਕਿਤੇ ਨਾ ਕਿਤੇ ਸਾਨੂੰ ਮਿਲ ਬੈਠ ਕੇ ਬੈਠਣ ਦੀ ਲੋੜ ਹੈ ਕਿਉਂਕਿ ਜਿਹੜੀ ਪੰਜਾਬੀ ਹੈ ਕਿਉਂਕਿ ਜੇ ਅਸੀਂ ਪੰਜਾਬੀ ਆਡੀਅੰਸ ਨੂੰ ਪੰਜਾਬੀ ਪੜਾਉਣੀ ਆ ਪੰਜਾਬੀ ਨਾਲ ਜੋੜਨਾ ਸੀ ਕੋਈ ਲੈਂਗੁਏਜ ਮੈਂ ਹੁਣ ਅੰਗਰੇਜ਼ੀ ਜਾਂ ਹਿੰਦੀ ਸਿੱਖਿਆ ਕਿਵੇਂ ਸਿੱਖਿਆ ਅਖਬਾਰਾਂ ਤੋਂ ਸਿੱਖਿਆ ਨਾ ਜੇ ਕਿਸੇ ਨੇ ਪੰਜਾਬੀ ਸਿੱਖਣੀ ਹੈ ਉਹ ਅਖਬਾਰਾਂ ਤੋਂ ਸਿੱਖੇਗਾ ਹੁਣ ਜੇ ਪੰਜਾਬੀ ਅਖਬਾਰਾਂ ਚ ਡਿਫਰੈਂਟ ਡਿਫਰੈਂਟ ਤਰ੍ਹਾਂ ਦੀ ਹੋਏਗੀ ਤੇ ਟੀਵੀ ਵਾਲਿਆਂ ਨੂੰ ਪੰਜਾਬੀ ਨਹੀਂ ਜਿਹਨਾਂ ਨੂੰ ਲਿਖਣੀ ਆਉਂਦੀ ਤੇ ਬ ਏ ਅਸੀਂ ਕੀ ਸਿਖਾਵਾਂਗੇ ਜੀ ਬਿਲਕੁਲ ਤੁਸੀਂ ਉਹ ਜੀ ਇਸ ਵੇਲੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਤੇ ਗੱਲਾਂ ਤੇ ਗੀਤ ਦੇ ਵਿੱਚ ਅੱਜ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਂਦੀ ਪਈ ਹੈ ਕਿ ਪੰਜਾਬੀ ਮੀਡੀਆ ਜਿਹੜਾ ਵੈ ਉਹ ਕਿੰਨਾ ਕੁ ਸੋਹਰਦਾ ਹੈ ਤੇ ਅੱਜ ਦੀ ਦੌਰ ਦੇ ਵਿੱਚ ਲੋਕ ਕਿੰਨਾ ਕੁ ਦੇਖਣਾ ਪਸੰਦ ਕਰਦੇ ਨੇ ਤੇ ਇਹਦੇ ਵਿੱਚ ਹੀ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਵਾਸਤੇ ਸ਼ਿਵਿੰਦਰ ਜੀ ਜਿਹੜੇ ਨੇ ਪੱਤਰਕਾਰ ਨੇ ਲੇਖਕ ਨੇ ਸੰਪਾਦਕ ਨੇ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਤੇ ਰੁਝਾਨ ਕਿੰਨਾ ਕੁ ਹੈ ਅੱਜ ਦੇ ਪੰਜਾਬੀ ਪੱਤਰਕਾਰਤਾ ਦੇ ਵਿੱਚ ਇਸ ਵਿਸ਼ੇ ਤੇ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਂਦੀ ਪਈ ਹੈ ਗੱਲ ਕਰਦੇ ਹਾਂ ਹੁਣ ਲੋਕਪੱਖੀ ਮੀਡੀਆ ਦੀ ਲੋਕਪੱਖੀ ਮੀਡੀਆ ਦੇ ਰੈਵਨਿਊ ਦੀ ਲੋਕਪੱਖੀ ਮੀਡੀਆ ਦੇ ਰੈਵਨਿਊ ਦੇ ਸੋਸ਼ਲ ਮਾਡਲ ਦੀ ਬਿਲਕੁਲ ਕੀ ਲੱਗਦਾ ਦੇਖੋ ਲੋਕਪੱਖੀ ਮੀਡੀਆ ਜਿਹੜਾ ਹੈਗਾ ਇੱਕ ਮਤਵਾਦਲ ਮੀਡੀਆ ਜਿਹਨੂੰ ਆਪਾਂ ਕਹਿ ਦਿੰਦੇ ਆ ਆਲਟਰਨੇਟ ਮੀਡੀਆ ਜੀ ਇਹ ਇਹਨਾਂ ਜਿਹੜੀ ਟਰਮ ਹੈ ਇਹ ਹਰ ਜਗ੍ਹਾ ਹੁੰਦੀ ਹੈ ਹਰ ਇੱਕ ਮੁਲਕ ਦੇ ਵਿੱਚ ਹੁੰਦੀ ਹੈ ਇੱਕ ਕਿਉਂਕਿ ਹੁੰਦਾ ਵੀ ਜਿਹੜੀਆਂ ਚੀਜ਼ਾਂ ਵੱਡਾ মিডিਆ ਕਵਰ ਨਹੀਂ ਕਰਦਾ ਉਹ ਮਤਲਬ ਕਿ ਦੂਜਾ ਉਹ মিডিਆ ਘਰੇ ਜਿਹਨੂੰ ਅਸੀਂ ਆਲਟਰਨੇਟ মিডিਆ ਕਹਿੰਦੇ ਆ ਜੀ ਜੀ ਹੁਣ ਵੱਡਾ ਜਿਹੜੀ ਆ ਜਾਂਦੀ ਹੈ ਕਿ ਉਹ ਉਹਦੀ ਫਿਰ ਰੈਵਨਿਊ ਮਾਡਲ ਕੀ ਹੋਵੇ ਜੇ ਤਾਂ ਉਹ ਪੁਰਾਣਾ ਹੀ ਹੋਏਗਾ ਫਿਰ ਉਹ ਨਹੀਂ ਗੱਲ ਬਣੇਗੀ ਉਹਦੇ ਵਿੱਚ ਕੀ ਹੈ ਕਿ ਬਹੁਤ ਇਹਨਾਂ ਦਾ ਐਕਸਪੈਰੀਮੈਂਟ ਹੋਏ ਨੇ ਇੰਡੀਆ 'ਚ ਵੀ ਕੁ ਦੋ ਹੋਏ ਨੇ ਵੀ ਤੁਸੀਂ ਕਿਉਂ ਨਾ ਜਿਹੜੇ ਲੋਕ ਆ ਲੋਕ ਉਸ মিডিਆ ਨੂੰ ਖੁਦ ਖੜਾ ਕਰਨ ਏ ਇਹ ਮਤਲਬ ਉਹਨੂੰ ਡੋਨੇਸ਼ਨ ਦੇਣ ਮਤਲਬ ਇੱਕ ਤਾਂ ਉਦਾਂ ਹੁੰਦਾ ਦੂਜਾ ਇੱਕ ਸਕੀਮ ਕੁਝ ਹੋਰ ਮੁਲਕਾਂ ਚ ਵੀ ਹੈਗੀ ਆ ਵੀ ਜਿਵੇਂ ਗਵਰਨਮੈਂਟ ਹੈ ਗਵਰਨਮੈਂਟ ਉਸ ਮੀਡੀਆ ਨੂੰ ਪ੍ਰੋਟੈਕਟ ਕਰਦੀ ਆ ਵੀ ਉਹਨੂੰ ਉਹਨੂੰ ਮਤਲਬ ਅਧਿਕਾਰ ਦਿੰਦੀ ਆ ਵੀ ਖੁਦ ਬੋਲੇ ਉਹ ਤੇ ਉਹ ਲੋਕਾਂ ਦੇ ਮਸਲੇ ਉਠਾਵੇ ਸਾਡੇ ਉਰੇ ਪਬਲਿਕ ਪਲੇਟਫਾਰਮ ਹੈਗੇ ਨੇ ਇਸ ਤਰ੍ਹਾਂ ਦੇ ਇੱਕ ਦੋ ਮੰਚ ਹੈਗੇ ਨੇ ਜਿਦੇ ਵਿੱਚ ਉਹ ਚੀਜ਼ਾਂ ਚੱਲਦੀਆਂ ਰਹੀਆਂ ਨੇ ਇੱਕ ਸਮਾਂ ਰਿਹਾ ਇਹ ਮਤਲਬ ਕਿ ਹਾਲ ਦੀ ਘੜੀ ਨਾ ਲਗਾਤਾਰ ਇੱਕ ਰਿਸਰਚ ਅਲਿਵਸ਼ਾ ਵੀ ਜਿਹੜਾ ਇਦਾਂ ਦਾ ਕੋਈ মিডিਆ ਖੜਾ ਹੋਵੇ ਤਾਂ ਕਿਦਾਂ ਹੋਵੇ ਫਿਲਹਾਲ ਜਿਹੜਾ ਹੁਣ ਤੱਕ ਜਿਹੜੇ ਵੱਡੇ ਵੱਡੇ মিডিਆ ਵਿਸ਼ਲੇਸ਼ਕ ਨੇ ਉਹਨਾਂ ਦਾ ਇਹੀ ਕਹਿਣਾ ਵੀ ਜੇ ਉਹ ਐਕਸਪੈਰੀਮੈਂਟ ਹਾਲੇ ਤੀਕਾ ਰੈਵਨਿਊ ਮਾਡਲ ਲੋਕਾਂ ਦਾ ਆਪਣਾ ਸਹਿਤਾ ਦੇਣੀ ਆ ਹੋਰ ਕਈ ਵਾਰ ਹੁੰਦਾ ਕਿ ਜਿਹੜੇ ਰੀਜਨਲ ਲੈਂਗੁਏਜ ਦੇ ਵਿੱਚ ਉਸ ਤਰ੍ਹਾਂ ਦਾ ਰਿਸਪੌਂਸ ਨਹੀਂ ਮਿਲਦਾ ਹੈਗਾ ਉਹ ਇੱਕ ਵੱਡੀ ਚੁਣੌਤੀ ਹੈ ਜੀ ਬਿਲਕੁਲ ਕੀ ਪੰਜਾਬੀ মিডিਆ ਜਿੰਨੀ ਤੇਜ਼ੀ ਦੇ ਨਾਲ ਅੱਗੇ ਵਧਦਾ ਪਿਆ ਬਹੁਤ ਜ਼ਿਆਦਾ ਆ ਕੁਝ ਪਿਛਲੇ ਲੰਬੇ 8-10 ਸਾਲਾਂ ਤੋਂ ਜਿਹੜਾ ਬਹੁਤ ਜ਼ਿਆਦਾ ਯਕੀਨੀ ਕਿ ਕੋਵਿਡ ਤੋਂ ਬਾਅਦ ਇਕਦਮ ਬਹੁਤ ਜ਼ਿਆਦਾ ਕਹਿ ਲਓ ਕਿ ਪੀਕ ਤੇ ਚਲਾ ਗਿਆ ਹੈ ਨਾ ਹਾਂ ਬਿਲਕੁਲ ਗਰੂਮ ਹੋ ਚੁੱਕਾ ਹੈ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਕਿ ਇਹਦਾ ਜਿਹੜਾ ਕਹਿ ਸਕਦੇ ਕਿ ਅਸਰ ਜਿਹੜਾ ਹੈ ਇੱਕ ਪੋਜ਼ਿਟਿਵ ਤਾਂ ਪੈਂਦਾ ਹੀ ਪੈਂਦਾ ਹੈ ਸਾਡੀ ਨੌਜਵਾਨ ਪੀੜ੍ਹੀ ਦੇ ਤਾਂ ਕੋਈ ਨੈਗੇਟਿਵ ਅਸਰ ਵੀ ਪੈਂਦਾ ਪਿਆ ਇਸ ਚੀਜ਼ ਦਾ ਇਹਦੇ ਵਿੱਚ ਨਾ ਤੁਸੀਂ ਦੇਖੋ ਕਿ ਇਹ ਬਿਲਕੁਲ ਜਿਹੜਾ ਤੁਸੀਂ ਤੁਹਾਡਾ ਜਿਹੜਾ ਇਸ਼ਾਰਾ ਹੈਗਾ ਉਹ ਨਿਊ ਮੀਡੀਆ ਉੱਤੇ ਜਿਹਦੇ ਵਿੱਚ ਸੋਸ਼ਲ ਮੀਡੀਆ ਉਹਦਾ ਇੱਕਦਮ ਉਭਾਰ ਹੋਣਾ ਜਾਂ ਛੋਟੇ-ਛੋਟੇ ਅੱਜਕੱਲ ਤਾਂ ਰੀਲਾਂ ਆ ਗਈਆਂ ਉਹਨਾਂ ਉਹਨਾਂ ਦੇ ਬਾਰੇ ਤੁਹਾਡਾ ਇਸ਼ਾਰਾ ਹੈਗਾ ਇੱਕ ਪੋਜ਼ਿਟਿਵ ਤਾਂ ਮੈਨੂੰ ਆਏ ਦਿਖ ਰਿਹਾ ਕਿ ਚਲੋ ਇਹ ਵੀ ਕ੍ਰੀਏਟੀਵਿਟੀ ਹੈਗੀ ਹੈ ਕੋਈ ਮਤਲਬ ਤੁਹਾਨੂੰ ਕੋਈ ਚੀਜ਼ਾਂ ਸਿਖਾ ਰਿਹਾ ਕੁਝ ਮੁਝ ਕਰ ਰਿਹਾ ਆਪਣੀ ਕਲਾ ਦਾ ਦਿਖਾ ਰਿਹਾ ਜੋਰ ਦਿਖਾ ਰਿਹਾ ਇਹ ਇਹ ਤਾਂ ਹੈਗੀ ਹੈ ਪੋਜ਼ਿਟਿਵ ਚੀਜ਼ ਪਰ ਇੱਕ ਹੁੰਦਾ ਜਿਵੇਂ ਮੀਡੀਆ ਦਾ ਕੰਮ ਹੈ ਜਿਹੜਾ ਜਿਵੇਂ ਅਪ ਸਤਿਅਮ ਸ਼ਿਵਮ ਸੁੰਦਰਮ ਦੇ ਉੱਤੇ ਆਉਂਦੇ ਆ ਵੀ ਲੋਕਾਂ ਨੂੰ ਕੁਝ ਦੇਣਾ ਗਿਆਨ ਦੇਣਾ ਹੈ ਨਾ ਉਹ ਚੀਜ਼ ਹਲੇ ਉਹਦੀ ਕਮੀ ਹੈਗੀ ਆ ਸੋਸ਼ਲ ਮੀਡੀਆ ਦੀ ਗੱਲ ਕਰ ਰਿਹਾ ਮੈਂ ਉਹਦੇ ਵਿੱਚ ਕਿਉਂਕਿ ਉਹ ਥੋੜਾ ਜਿਹਾ ਇਹ ਹੁੰਦਾ ਵੀ ਤੁਹਾਨੂੰ ਮਨੋਰੰਜਨ ਦਾ ਹੀ ਹਲੇ ਵਾਹਕੋ ਸਾਧਨ ਹੈਗਾ ਵਾ ਜੇ ਉਹ ਇਦੋਂ ਅੱਗੇ ਜਾਵੇਗਾ ਫਿਰ ਅਸੀਂ ਉਹਦਾ ਸਵਾਗਤ ਖੁੱਲ ਕੇ ਕਰਨਾ ਬਣਦਾ ਹੈਗਾ ਅਸੀਂ ਕਾਮਨਾ ਵੀ ਕਰਦੇ ਆਂ ਵੀ ਜਿਹੜੇ ਨੌਜਵਾਨ ਆ ਰਹੇ ਨੇ ਕਿਉਂਕਿ ਹਲਦੀ ਘੜੀ ਤੇ ਨਵੇਂ ਨਵੇਂ ਚੀਜ਼ਾਂ ਚਾਹ ਹੁੰਦਾ ਤਿੰਨ ਚਾਰ ਸਾਲ ਤੱਕ ਨੀਤ ਉਹ ਚਾਹ ਰਹਿੰਦਾ ਉਹਦੇ ਬਾਅਦ ਵਿੱਚ ਫਿਰ ਨਾ ਬੰਦਾ ਸੋਚਦਾ ਵੀ ਹੁਣ ਇਹਨੂੰ ਨਵਾਂ ਕਿਵੇਂ ਕਰਾਂ ਫਿਰ ਲੋੜ ਹੀ ਤੁਹਾਡੇ ਕੋਲੋਂ ਨਵੀਂ ਕਾਰਡ ਕਢਾਉਂਦੀ ਹੈ ਜੇ ਉਹ ਨਵੀਂ ਕਾਰਡ ਕਿਤੇ ਕੁਝ ਵਧੀਆ ਚ ਨਿਕਲਦੀ ਆ ਤਾਂ ਫਿਰ ਸਵਾਗਤ ਕਰਨਾ ਪੈਂਦਾ ਹੁੰਦਾ ਬਿਲਕੁਲ ਬਿਲਕੁਲ ਇੱਕ ਬੜੀ ਵੱਡੀ ਪੋਜ਼ਿਟਿਵ ਗੱਲ ਆ ਜੋ ਮੈਂ ਇੱਕ ਮੈਂ ਵੀ ਆਬਜ਼ਰਵ ਕੀਤੀ ਹੈ ਤੁਸੀਂ ਵੀ ਵੇਖਿਆ ਹੋਣਾ ਮੈਂ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਵੀ ਵੇਖਿਆ ਹੋਣਾ ਹੈ ਕਿ ਸੋਸ਼ਲ ਮੀਡੀਆ ਨੇ ਨਾ ਇੱਕ ਬਹੁਤ ਵੱਡਾ ਪਲੇਟਫਾਰਮ ਜਿਹੜਾ ਉਹ ਲੋਕਾਂ ਨੂੰ ਦੇ ਦਿੰਦਾ ਹੈ ਬਹੁਤ ਸਾਰੇ ਲੋਕ ਜੇ ਪੋਜ਼ਿਟਿਵ ਗੱਲ ਕੀਤੀ ਜਾਵੇ ਤਾਂ हां ਪੱਕੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡਾ ਪਲੇਟਫਾਰਮ ਜਿਹੜਾ ਮਿਲਿਆ ਜਿਹਦੇ ਕਰਕੇ ਜਿਹੜੀਆਂ ਔਰਤਾਂ ਘਰ ਦੇ ਵਿੱਚ ਬੈਠੀਆਂ ਸੀ ਉਹ ਪੈਸੇ ਕਮਾਉਣ ਲੱਗ ਪਈਆਂ ਨੇ ਹੈਨਾ ਉਹ ਉਸ ਮੁਕਾਮ ਤੇ ਪਹੁੰਚ ਗਈਆਂ ਕਿ ਮੈਂ ਇਦਾਂ ਦੀਆਂ ਔਰਤਾਂ ਨੂੰ ਜਾਣਦੀਆਂ ਜਿਹੜੀਆਂ ਆਪਣੇ ਘਰ ਵਾਲੇ ਦੇ ਨਾਲੋਂ ਜ਼ਿਆਦਾ ਕਮਾਉਂਦੀਆਂ ਨੇ ਆਪਣੇ ਬਾਪ ਦੇ ਨਾਲੋਂ ਜ਼ਿਆਦਾ ਕਮਾਉਂਦੀਆਂ ਨੇ ਆਪਣੇ ਭਰਾ ਦੇ ਨਾਲੋਂ ਜ਼ਿਆਦਾ ਕਮਾਉਂਦੀਆਂ ਨੇ ਘਰ ਦੇ ਕਿਚਨ ਦੀ ਗੱਲ ਕਰ ਲੈਣੇ ਰਸੋਈ ਦੀ ਗੱਲ ਕਰ ਲੈਣੇ ਖਾਣ ਪੀਣ ਦੀ ਗੱਲਬਾਤ ਕਰ ਲੈਣੇ ਆ ਕਿ ਇਹ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਆਉਣ ਵਾਲਾ ਸਮਾਂ ਵੀ ਆਉਣ ਵਾਲੇ ਸਮੇਂ ਚ ਤੋਰੀ ਟੈਕਨੀਕ ਨਵੀਂ ਕੋਈ ਹੋਰ ਵਿਧਾ ਕੋਈ ਕਿਵੇਂ ਵਿਕਸਿਤ ਕਰੋਗੀ ਇਹ ਦੇਖਣ ਵਾਲੀ ਆ ਇਹਦੇ ਵਿੱਚ ਇੱਕ ਚੀਜ਼ ਹੋਈ ਆ ਆਮ ਤੌਰ ਤੇ ਨਾ ਇਦਾਂ ਦੇ ਪ੍ਰੋਗਰਾਮ ਜਿਹੜੇ ਸੀ ਉਹ ਟੀਵੀ ਦੇ ਉੱਤੇ ਹੁੰਦੇ ਹੁੰਦੇ ਸੀ ਜਾਂ ਖ਼ਬਰਾਂ ਦੇ ਵਿੱਚ ਥੋੜੇ ਜੇ ਕਾਲਮ ਹੁੰਦੇ ਸੀ ਅੱਜ ਕੱਲੋ ਖ਼ਬਰਾਂ ਕੋਵਿਡ ਤੋਂ ਬਾਅਦ ਖ਼ਬਰਾਂ ਦਾ ਬਹੁਤ ਵੱਡਾ ਲਾਸ ਹੋਇਆ ਆਪਣੇ ਪੰਜਾਬੀ ਦੇ ਵਿੱਚ ਵੀ ਹੋਇਆ ਅਦਰ ਲੈਂਗੁਏਜ ਦੇ ਵਿੱਚ ਵੀ ਹੋਇਆ ਕਿਉਂਕਿ ਉਹ ਲੋਕ ਫਿਰ ਇੱਕਦਮ ਇਧਰ ਸ਼ਿਫਟ ਹੋ ਗਏ ਕਿਉਂਕਿ ਕੋ ਕਾਗਜ਼ ਦਾ ਮਸਲਾ ਆ ਗਿਆ ਫਿਰ ਉਹ ਜਦੋਂ ਇਧਰ ਸ਼ਿਫਟ ਹੋਏ ਨੇ ਲੋਕ ਉਦੋਂ ਜਿਹੜਾ ਕੀ ਹੋਇਆ ਕਿ ਉਹਨਾਂ ਨੂੰ ਠੀਕ ਹੈ ਪੈਸਾ ਆਉਣ ਲੱਗ ਗਿਆ ਆਪਣੀ ਕ੍ਰੀਏ ਆ ਗਿਆ ਆਉਂਦੇ ਸਮੇਂ ਦੇ ਵਿੱਚ ਮੈਂ ਤਾਂ ਇਹੀ ਰੱਖਦਾ ਹੈਗਾ ਸੰਭਾਵਨਾ ਕਿ ਇਹਦੇ ਵਿੱਚ ਕੁਝ ਵਧੀਆ ਇਜ਼ਾਫਾ ਹੋਏਗਾ ਆ ਦੇਖੋ ਹਾਲ ਦੀ ਘੜੀ ਮੈਂ ਸੰਤੁਸ਼ਟ ਨਹੀਂ ਹੈਗਾ ਪਰ ਮੈਂ ਚੰਗੀ ਆਸ ਤੋਂ ਕਦੇ ਮੁਨਕਰ ਨਹੀਂ ਹੁੰਦਾ ਮੈਨੂੰ ਲੱਗਦਾ ਵੀ ਮਾਹੌਲ ਜਿਹੜਾ ਹੈਗਾ ਇਦਾਂ ਹੀ ਅੱਗੇ ਵਿਕਾਸ ਕਰਦਾ ਹੁੰਦਾ ਵਿਰੋਧ ਵਿਕਾਸ ਦੇ ਵਿੱਚ ਉਹਦੇ ਵਿੱਚ ਕੁਝ ਨਮਾ ਹੁੰਦਾ ਕਿਤੇ ਇਦਾਂ ਦਾ ਨਹੀਂ ਹੋਵੇਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਇੱਕ ਪੁਵਿੱਖ ਸੀਗਾ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਲੱਗਦਾ ਹੈ ਕਿ ਅਖਬਾਰਾਂ ਦਾ ਦੌਰ ਜਿਹੜਾ ਵੈ ਕਿਉਂਕਿ ਅੱਜ ਟੀਵੀ ਦੇ ਕਰਕੇ ਸੋਸ਼ਲ ਮੀਡੀਆ ਦੇ ਕਰਕੇ ਜਿਹੜੀ ਵੀ ਗੱਲ ਆ ਖਬਰ ਚੁਟਕੀ ਵਜਾਓ ਤੁਹਾਡੇ ਸਾਹਮਣੇ ਹੋ ਜਾਂਦੀ ਹੈ ਕੋਈ ਵੀ ਚੀਜ਼ ਕੋਈ ਵੀ ਘਟਨਾ ਵਾਪਰਦੀ ਆ ਉਸੇ ਵੇਲੇ ਲੋਕ ਲਾਈਵ ਹੋ ਕੇ ਤੁਹਾਨੂੰ ਦਿਖਾਉਣ ਲੱਗ ਪੈਂਦੇ ਆ ਕਿਤੇ ਅਖਬਾਰਾਂ ਬਿਲਕੁਲ ਹੀ ਅਲੋਪਤਾ ਨਹੀਂ ਹੋ ਜਾਣਗੀਆਂ ਬਿਲਕੁਕੁਲ ਨਹੀਂ ਹੁੰਦੀਆਂ ਕਿਉਂਕਿ ਉਹ ਨਾ ਜਿਹੜੇ ਮੁਲਕ ਬਹੁਤ ਵਿਕਸਿਤ ਵੀ ਨੇ ਨਾ ਉੱਥੇ ਵੀ ਉਹ ਰੇਸ਼ਾ ਉਹ ਠੀਕ ਠੀਕ ਚੱਲਦੀ ਆ ਹਾਂ ਇਹ ਗੱਲ ਹੋਈ ਹੈ ਇੱਕ ਅਖਬਾਰਾਂ ਨੇ ਇੱਕ ਚੇਂਜ ਲਿਆਂਦੀ ਆ ਬਾਹਰ ਵੀ ਜਿੱਥੇ ਨਵੀਂ ਟੈਕਨੀਕ ਵਿਕਸਿਤ ਹੋਈ ਆ ਉੱਥੇ ਨਾ ਕੁਝ ਅਖਬਾਰ ਡਿਜੀਟਲ ਪਲੈਟਫਾਰਮ ਤੇ ਆ ਗਏ ਆਪਣੇ ਵੀ ਆ ਗਏ ਨੇ ਕੀ ਅਖਬਾਰ ਜਿਹੜੀ ਆਪਾਂ ਅਖਬਾਰ ਆ ਗਏ ਨੇ ਵੈਬਸਾਈਟਸ ਆ ਗਈਆਂ ਇੱਕ ਕੰਮ ਅਖਬਾਰਾਂ ਨੂੰ ਹੋਰ ਜ਼ਰੂਰ ਕਰਨਾ ਪੈਗਾ ਉਹ ਚੁਣੌਤੀ ਹੈ ਜਦੋਂ ਹੁਣ ਤੁਹਾਡਾ ਤੁਹਾਨੂੰ ਹੁਣ ਖਬਰ ਤਾਂ ਆਪਾਂ ਅਖਬਾਰ ਛੇਤੀ ਨਹੀਂ ਦੇਵੇਗਾ ਕਿਉਂਕਿ ਉਹ ਖਬਰ ਪਹਿਲਾਂ ਹੀ ਆ ਜਾਂਦੀ ਆ ਸੋਸ਼ਲ ਮੀਡੀਆ ਹੀ ਹੋਰ ਹੁਣ ਕੰਮ ਅਖਬਾਰਦਾਰ ਰਹਿ ਗਿਆ ਵੀ ਜਿਹੜੀ ਖਬਰ ਆਈ ਹੋਈ ਆ ਉਹ ਉਹਦੀ ਡੈਫਟ ਵਿੱਚ ਜਾਣਾ ਹਮ ਡੈਫਟ ਵਾਲਾ ਕੰਮ ਕਿਉਂ ਫਟਾਫਟ ਵਾਲਾ ਮੀਡੀਆ ਨਹੀਂ ਕਰ ਸਕਦਾ ਮਿਹਨਤ ਕਰਨੀ ਪੈਣੀ ਉਹਦੇ ਵਾਸਤੇ ਅਖਬਾਰ ਨੂੰ ਕਿਉਂਕਿ ਇੰਗਲਿਸ਼ ਵਿੱਚ ਜਾਂ ਅਦਰ ਲੈਂਗੁਏਜ ਵਿੱਚ ਹੋ ਰਿਹਾ ਪੰਜਾਬੀ ਅਖਬਾਰਾਂ ਦੀ ਉਹਨਾਂ ਜਿੰਮੇਵਾਰੀ ਵੱਜ ਜਾਂਦੀ ਹੈ ਸਾਡੇ ਜਿਵੇਂ ਕਿ ਅਸੀਂ ਪੰਜਾਬੀਆਂ ਪੰਜਾਬੀ ਖਬਰਾਂ ਦੀ ਗੱਲ ਕਰਾਂਗੇ ਵੀ ਉਹ ਜਿਹੜੀ ਨਾ ਜਿਹੜੇ ਖੱਪਾ ਫਿਰ ਬੱਚੇ ਵੀ ਹੁਣ ਅਸੀਂ ਅੱਗੇ ਕਿਵੇਂ ਨਿਕਲੀਏ ਉਹ ਤੁਹਾਡੀ ਰਿਪੋਰਟਿੰਗ ਦੇ ਵਿੱਚ ਜਦੋਂ ਡੈਪਥ ਆਏਗੀ ਫਿਰ ਗੰਭੀਰਤਾ ਆਏਗੀ ਖੋਜ ਖੋਜੀ ਵਰਤੀ ਆਏਗੀ ਉਹ ਫਿਰ ਤੁਸੀਂ ਆਪਣੇ ਆਪਣੇ ਪਾਠਕ ਨੂੰ ਸੰਭਾਲ ਸਕੋਗੇ ਨਹੀਂ ਤੁਹਾਡਾ ਪਾਠਕ ਫਿਰ ਨਹੀਂ ਸੰਭਲੇਗਾ ਤੁਹਾਡਾ ਜਦੋਂ ਕਹਿੰਦੇ ਵੀ ਅ ਖਬਰ ਦੀ ਅਪਡੇਟ ਕੀ ਆਈ ਹੈ ਹੈਨਾ ਜਿਵੇਂ ਉਹਨਾਂ ਨੇ ਇੱਕ ਕਟਨਾ ਵਾਪਰਗੀ ਉਦਾਹਰਣ ਦੇ ਤੌਰ ਤੇ ਹੁਣ ਇਹ ਦਾ ਕੀ ਇਤਿਹਾਸਕ ਪ੍ਰਸੰਗ ਰਿਹਾ ਇਹ ਦਾ ਕੀ ਫਲਾਨਾ ਰਿਹਾ ਉਹ ਸਾਰਾ ਚੀਜ਼ ਨੂੰ ਅਖਬਾਰ ਨੇ ਕਰਨਾ ਇੱਕ ਹੋਰ ਵੱਡੀ ਚੁਣੌਤੀ ਹੈ ਜਿਵੇਂ ਨਾ ਅਸੀਂ ਜਦੋਂ ਸਾਡਾ ਗਰੋਥ ਹੋਈ ਸੀ ਕਿ ਅਸੀਂ ਅਸੀਂ ਪੜਨ ਤੇ ਪੜੇ ਇੰਟਰਸਟਿਡ ਹੁੰਦੇ ਸੀ ਹੁਣ ਵੀ ਹੈਗਾ ਅੱਜ ਅੱਜ ਬੱਚਿਆਂ ਦੇ ਵਿੱਚ ਪੜਨ ਦੀ ਰੁਝਾਨ ਘਟਿਆ ਹੈ ਕਿਤਾਬਾਂ ਵੱਡੇ ਵੱਡੇ ਲੇਖ ਲੌਂਗ ਮੈਂ ਖੁਦ ਵੀ ਲੌਂਗ ਫਾਰਮ ਵਿੱਚ ਲਿਖਦਾ ਨਹੀਂ ਤੂੰ ਪੰਜਾਬੀ ਤੋਂ ਬਿਨਾ ਮੈਂ ਹਿੰਦੀ ਅੰਗਰੇਜ਼ੀ ਚ ਵੀ ਮੇਰੇ ਲੌਂਗ ਫਾਰਮ ਛਪਦੇ ਨੇ ਉਹ ਹੁਣ ਲੌਂਗ ਫਾਰਮ ਜਿਹੜਾ ਇੱਕ ਤਾਂ ਸਾਡੇ ਵੈਸੇ ਵੀ ਚੱਲਦਾ ਨਹੀਂ ਬਹੁਤ ਘੱਟਾ ਪੰਜਾਬੀ ਚ ਲੌਂਗ ਫਾਰਮ ਘੱਟਾ ਸਮਾਨੀਆਂ ਲੋਕਾਂ ਕੋਲ ਪਰ ਜਿਹੜਾ ਸਿੰਪਲ ਹੈ ਜਿਹੜਾ ਮੰਨ ਲਓ ਕਿ 1000 ਸ਼ਬਦਾਂ ਦਾ ਇੱਕ ਲੇਖ ਆ ਐਡੀਟੋਰੀਅਲ ਤੇ ਇਹਦੀ ਵੀ ਹੁਣ ਇੰਪੋਰਟੈਂਸ ਕਿਤੇ ਘਟਤਾ ਨਹੀਂ ਜਾਏਗੀ ਜੇ ਜਦੋਂ ਸਾਨੂੰ ਫਟਾਫਟ ਹੀ ਹੋ ਗਿਆ ਵੀ ਅਸੀਂ ਸਿਰਫ ਦੋ ਅੱਖਰ ਦੇ ਵਿੱਚ ਇੱਕ ਲਾਈਨ ਦੇ ਵਿੱਚ ਹੀ ਇੱਕ ਇੱਕ ਸ਼ਬਦ ਦੇ ਵਿੱਚ ਹੀ ਕਹਾਣੀ ਖਤਮ ਕਰਨੀ ਆ ਤਾਂ ਫਿਰ ਉਹ 700 ਸ਼ਬਦਾਂ ਦਾ 1000 ਸ਼ਬਦਾਂ ਦਾ ਉਹ ਜਿਹੜੀ ਜਿਹੜਾ ਵਰਗ ਹੈ ਉਹ ਕਿਵੇਂ ਰਹੇਗਾ ਸਾਡੇ ਕੋਲ ਉਹਨੂੰ ਕਿਵੇਂ ਬਚਾ ਕੇ ਰੱਖਣਾ ਦੂਜੀ ਗੱਲ ਹੈ ਕਿਉਂਕਿ ਇੱਕ ਜਿਹੜਾ ਗਿਆਨ ਹੈ ਨਾ ਜਿਹੜੀ ਸੀਰੀਅਸ ਚੀਜ਼ ਤੁਸੀਂ ਲੈਣੀ ਆ ਉਹ ਚੰਗਾ ਆਰਟੀਕਲ ਪੜ੍ਹ ਕੇ ਲਈ ਜਾਂਦੀ ਹੈਗੀ ਆ ਉਹ ਮਤਲਬ ਕਿਤੇ ਉਹਦੇ ਤੋਂ ਸਾਡਾ ਸਮਾਜ ਲਈ ਚੁਣੌਤੀ ਹੋਏਗੀ ਇਹ ਤੁਸੀਂ ਚੰਗੇ ਆਰਟੀਕਲ ਦੀ ਗੱਲ ਕਰਦੇ ਹੋ ਤਾਂ ਮੈਂ ਤੇ ਇੱਥੇ ਇਹ ਵੀ ਗੱਲ ਕਰਦੀ ਆ ਕਿ ਜੇ ਤੁਸੀਂ ਚੰਗੇ ਪੱਤਰਕਾਰ ਬਣਨਾ ਨਾ ਉਹਦੇ ਵਾਸਤੇ ਤੁਹਾਨੂੰ ਪੜਨਾ ਪਵੇਗਾ ਤੁਸੀਂ ਵਕ ਵਕ ਰਾਈਟਰਸ ਨੂੰ ਵਕ ਵਕ ਲੇਖਕਾਂ ਨੂੰ ਪੜਨਾ ਪੈਣਾ ਤੁਹਾਨੂੰ ਜ਼ਰੂਰੀ ਨਹੀਂ ਕਿ ਸਿਰਫ ਤੁਸੀਂ ਪੱਤਰਕਾਰਤਾ ਦੀਆਂ ਕਿਤਾਬਾਂ ਹੀ ਪੜੋ ਉਹਦੇ ਨਾਲ ਨਾਲ ਤੁਹਾਨੂੰ ਹੋਰ ਵਕ ਵਕ ਵਿਸ਼ਿਆਂ ਦੇ ਬਾਬਤ ਜਿੰਨੀਆਂ ਵੀ ਕਿਤਾਬਾਂ ਨੇ ਭਾਵੇਂ ਉਹ ਨਾਵਲ ਨੇ ਕਹਾਣੀਆਂ ਨੇ ਲੇਖ ਨੇ ਕਿਸੇ ਦਾ ਲਿਖਿਆ ਹੋਇਆ ਉਹ ਤੁਹਾਨੂੰ ਪੜਨੇ ਪੈਣੇ ਆ ਤੁਹਾਨੂੰ ਲੱਗਦਾ ਹੈ ਕਿ ਅੱਜ ਦਾ ਜਿਹੜਾ ਸਾਡਾ ਨੌਜਵਾਨ ਹੈ ਭਾਵੇਂ ਉਹ ਪੱਤਰਕਾਰਤਾ ਦੇ ਖੇਤਰ ਚ ਚਾਹੇ ਉਹ ਕਿਸੇ ਹੋਰ ਖੇਤਰ ਦੇ ਵਿੱਚ ਹੈ ਉਹਦੇ ਵਿੱਚ ਪੜਨ ਦੀ ਜਿਹੜੀ ਰੁਚੀ ਹੈ ਉਹ ਘਟ ਗਈ ਹੈ ਕਿਉਂਕਿ ਮੈਂ ਤਾਂ ਚੋਰੀ-ਚੋਰੀ ਨਾਵਲ ਵੀ ਪੜਦੀ ਰਹੀਆਂ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਨਾ ਪੜਨ ਵਾਲਾ ਵਰਗ ਤਾਂ ਹੈਗਾ ਵਾ ਕਿਉਂਕਿ ਇਹਦਾ ਇਹਦਾ ਇੱਕ ਕਾਰਨ ਹੈ ਤੁਸੀਂ ਜਲੰਧਰ ਦੇ ਵਿੱਚ ਬੈਠੇ ਹੋ ਜਲੰਧਰ ਦੇ ਵਿੱਚ ਗਦਰੀ ਮੇਲਾ ਲੱਗਦਾ ਉਹ ਜੋ ਕਿੰਨੇ ਲਿਟਰੇਚਰ ਛਪਦਾ ਹੈਗਾ ਹੈ ਨਾ ਪੜਿਆ ਜਾਂਦਾ ਸੋਰੀ ਫਿਰ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਸੱਭਿਆਚਾਰਕ ਮੇਲੇ ਸਾਹਿਤਕ ਮੇਲੇ ਲੱਗਦੇ ਨੇ ਉੱਥੇ ਦੇਖੋ ਲਿਟਰੇਚਰ ਪੜਿਆ ਜਾਂਦਾ ਇਹ ਇੱਕ ਸੱਚ ਹੈ ਤੇ ਸਵਾਲ ਇਹ ਹੈਗਾ ਵੀ ਇੱਕ ਤਾਂ ਫਿਰ ਜਦੋਂ ਇਹ ਪੜਿਆ ਜਾਂਦਾ ਹੁੰਦਾ ਉਦੋਂ ਫਿਰ ਸਾਹਿਤਕਾਰ ਦੀ ਵੀ ਜ਼ਿੰਮੇਵਾਰੀ ਆ ਜਾਂਦੀ ਹੈ ਵੀ ਉਹ ਡਿਫਰੈਂਟ ਤਰ੍ਹਾਂ ਦਾ ਵਧੀਆ ਲਿਟਰੇਚਰ ਦੇ ਇੱਕ ਚੀਜ਼ ਹੁਣ ਜਿਹੜੀ ਇਹੀ ਸਵਾਲ ਜੇ ਘੁੰਮ ਫਰਾ ਕੇ ਤੁਸੀਂ ਮੇਰੇ ਤੋਂ ਪੱਤਰਕਾਰੀ ਦੇ ਵਿੱਚ ਪੁੱਛੋ ਪੱਤਰਕਾਰੀ ਦੇ ਵਿੱਚ ਮੈਨੂੰ ਇਹ ਲੱਗਦਾ ਹੁੰਦਾ ਵੀ ਕਿਉਂਕਿ ਨਾ ਦੇਖੋ ਹਾਲੇ ਤੱਕ ਜਿਹੜੇ ਮੇਰ ਪੰਜਾਬ ਦੀ ਧੂਰੀ ਕੀ ਹੈ ਖੇਤੀ ਮੈਨੂੰ ਹਾਲੇ ਤੱਕ ਪੰਜਾਬੀ ਵਿੱਚ ਨਾ ਖੇਤੀਬਾੜੀ ਉੱਤੇ ਵਧੀਆ ਰਿਪੋਰਟਿੰਗ ਨਹੀਂ ਮਿਲੀ ਹੈਗੀ ਨੀ ਤੋ ਡੈਪਥ ਰਿਪੋਰਟਿੰਗ ਖੋਜੀ ਰਿਪੋਰਟਿੰਗ ਨਹੀਂ ਮਿਲੀ ਪੰਜਾਬ ਦੀ ਹੋਰ ਧੂਰੀ ਕੀ ਹੈ ਇੱਕ ਤਾਂ ਪੋਲਿਟੀਕਲ ਮਿਲ ਜਾਂਦੀ ਹੈ ਸਾਨੂੰ ਇੱਕਦੋ ਸਾਡੇ ਕੋਲ ਮੌਲਿਕ ਜਿਹੜੇ ਨਾ ਵਿਸ਼ਲੇਸ਼ਕ ਪੱਤਰਕਾਰਾਂ ਦੀ ਬੜੀ ਘਾਟ ਹੈ ਆਉਂਦੇ ਸਮੇਂ 'ਚ ਇਹ ਬਧੂਗੀ ਜਿਸ ਤਰ੍ਹਾਂ ਦਾ মিডিਆ ਆ ਰਿਹਾ ਇੱਕ ਚੁਣੌਤੀ ਹੈ ਸਾਡੇ ਲਈ ਜੀ ਮੈਂ ਕਿਤਾਬਾਂ ਦੀ ਗੱਲ ਕਰ ਰਿਹਾ ਸੀ ਕਿ ਲੋਕਾਂ ਦੇ ਵਿੱਚ ਪੜਨ ਦਾ ਰੁਝਾਨ ਘਟਿਆ ਉਹਦੇ ਕਰਕੇ ਵੀ ਕਿਤੇ ਸਾਡਾ ਕੰਟੈਂਟ ਤਾਂ ਨਹੀਂ ਇੱਧਰ ਉੱਧਰ ਗੜਬੜਾ ਗਿਆ। ਇਹ ਇੱਕ ਮੈਨੂੰ ਬਹੁਤ ਵੱਡੇ ਪਬਲਿਸ਼ਰ ਨੇ ਦੱਸਿਆ ਸੀਗਾ ਪੰਜਾਬੀ ਦੇ ਪਬਲਿਸ਼ਰ ਨੇ ਕਿ ਪੰਜਾਬ ਦੇ ਵਿੱਚ ਇੱਕ ਸਮੇਂ ਜਿਹੜਾ ਪ੍ਰਵਾਸ ਹੋਇਆ ਨਾ ਬਨੇਸ਼ਾ ਚ ਨੌਜਵਾਨ ਗਏ ਆ ਉਹ ਕਹਿੰਦੇ ਉਹਦੇ ਵਿੱਚੋਂ ਬੜੇ ਇੰਟੈਲੀਜੈਂਟ ਜਿਹੜੇ ਨੌਜਵਾਨ ਸੀ ਨਾ ਉਹ ਬਾਹਰ ਚੱਲੇ ਗਏ ਤੇ ਇਸੇ ਕਰਕੇ ਉਹ ਕਹਿੰਦਾ ਮੇਰਾ ਜਿਹੜਾ ਮੇਰੇ ਕੋਲੋਂ ਜਿਹੜਾ ਲਿਟਰੇਚਰ ਜਾਂਦਾ ਹੁੰਦਾ ਸੀ ਨਾ ਉਹਦੇ ਵਿੱਚ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਵੀ ਕਿਉਂ ਘਟਿਆ। ਕਹਿੰਦਾ ਮੈਨੂੰ ਉਹ ਬੱਚੇ ਬਾਹਰ ਚੱਲੇ ਗਏ ਕਹਿੰਦਾ ਉਹ ਚੀਜ਼ ਦਾ ਮਤਲਬ ਜਦੋਂ ਤੁਸੀਂ ਐ ਪ੍ਰਵਾਸ ਹੁੰਦਾ ਜਾਂ ਫਿਰ ਇਦਾਂ ਪੰਜਾਬ ਮੇ ਨੂੰ ਮੈਂ ਹਾਲੇ ਸੋਕੇ ਤੋਂ ਪੀੜਤ ਤਾਂ ਨਹੀਂ ਮੰਨਦਾ ਵੀ ਪੜਨ ਚ ਸੋਕੇ ਤੋਂ ਪੀੜਤ ਨਹੀਂ ਉਹ ਨਹੀਂ ਹੈਗਾ ਕਿਉਂਕਿ ਮੈਂ ਇੱਕ ਗਰਾਉਂਡ 'ਚ ਦੇਖਿਆ ਲੋਕ ਪੜਦੇ ਨੇ ਹੁਣ ਵੀ ਪਿੱਛੇ ਜੇ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਦੇ ਉੱਤੇ ਮੇਲਾ ਲੱਗੇ ਹਟੇ ਉੱਥੇ ਵੀ ਲਿਟਰੇਚਰ ਪੜਿਆ ਆ ਨਵੰਬਰ ਦੇ ਵਿੱਚ ਆਪਣੇ ਗਦਰੀ ਬਾਬਿਆਂ ਦਾ ਮੇਲਾ ਲੱਗ ਜਾਣਾ ਬਹੁਤ ਬਹੁਤ ਮਤਲਬ ਨੌਜਵਾਨ ਵੀ ਆਉਂਦੇ ਨੇ ਉੱਥੇ ਮਸਲਾ ਇਹ ਹੈਗਾ ਕਿ ਜਿਹੜੀ ਨਵੀਂ ਤਕਨੀਕ ਹੈ ਉਹ ਇੱਕ ਚੁਣੌਤੀ ਹੈ ਅੱਛਾ ਇਹ ਕਿਤਾਬਾਂ ਦੀ ਗੱਲ ਰਹੀ ਬਿਲਕੁਲ ਹੈਨਾ ਬਿਨਾਂ ਗੁਜ਼ਾਰਾ ਨਹੀਂ ਹਾਂ ਉਹਦੇ ਬਿਗੈਰ ਗੁਜ਼ਾਰਾ ਨਹੀਂ ਹੈ ਕੀ ਲੱਗਦਾ ਕਿ ਇੱਕ ਕਿਤਾਬ ਨੂੰ ਖਰੀਦ ਕੇ ਪੜ ਇੱਕ ਲੇਖਕ ਨੂੰ ਇੱਕ ਉਹਦਾ ਬਣਦਾ ਹੱਕ ਦੇਣਾ ਹਾਂ ਜਿਹੜੇ ਐਡੀਟਰਸ ਨੇ ਪੱਤਰਕਾਰ ਸੰਪਾਦਕ ਨੇ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦੇਣਾ ਇੱਕ ਉਹ ਚੀਜ਼ ਆ ਗਈ ਤੇ ਇੱਕ ਈ ਕਿਤਾਬ ਹੋਗੀ ਈ ਬੁੱਕ ਹੋਗੀ ਈ-ਬੁੱਕ ਦੀ ਇੰਪੋਰਟੈਂਸ ਹੁਣ ਵੀ ਵਧਣ ਲੱਗੀ ਆ ਬਹੁਤ ਸਾਰੇ ਨਾ ਵਿਦੇਸ਼ਾਂ ਜਿਹੜੇ ਪੰਜਾਬੀ ਨੇ ਉਹਨਾਂ ਨੇ ਇਸ ਤਰ੍ਹਾਂ ਦੀ ਡਿਜੀਟਲ ਲਾਇਬ੍ਰੇਰੀਆਂ ਵਗੈਰਾ ਬਣਾ ਦਿੱਤੀਆਂ ਨੇ ਇਹ ਈ ਦੇ ਉੱਤੇ ਆ ਗਏ ਹੈਗੇ ਨੇ ਜੀ ਇਹਦੇ ਵਿੱਚ ਨਾ ਇੱਕ ਹੋਰ ਚੀਜ਼ ਜਦੋਂ ਹੁਣ ਲਿਟਰੇਚਰ ਦੀ ਗੱਲ ਕਰਨ ਲੱਗਿਆ ਪੰਜਾਬੀ ਦੇ ਵਿੱਚ ਨਾ ਲਿਟਰੇਰੀ ਪੱਤਰਕਾਰੀ ਉੱਤੇ ਕੰਮ ਕਰਨ ਦੀ ਬਣੀ ਲੋੜ ਆਇਆ ਕਿਤੇ ਕਿਤੇ ਸਾਹਿਤਕ ਰਸਾਲੇ ਨਿਕਲ ਰਹੇ ਨੇ ਲੇਕਿਨ ਅਖਬਾਰਾਂ ਵਿੱਚ ਜਿਹੜੀ ਲਿਟਰੇਚਰ ਨੂੰ ਥਾਂ ਦਿੱਤੀ ਜਾਣੀ ਹੈ ਨਾ ਉਹ ਪਿਛਲੇ ਸਮੇਂ ਥੋੜੀ ਕੱਟੀ ਹੈ ਮੈਂ ਤੁਸੀਂ ਖੁਦ ਹੀ ਇਹਨੂੰ ਦੇਖ ਸਕਦੇ ਹੈਗੇ ਹੋ ਅ اچھا ਫਿਰ ਲਿਟਰੇਚਰ ਦੀ ਕੋਈ ਫੀਲਡ ਤੇ ਵੀ ਬ ਉਹਦਾ ਕਾਰਨ ਇੱਕ ਸਿੰਪਲ ਜਿਹਾ ਮੰਨ ਲਓ ਕਿ ਤੁਸੀਂ ਇੱਕ ਸਾਹਿਤ ਕਰਦੀ ਇੰਟਰਵਿਊ ਕਰਨੀ ਆ ਉਹਨੂੰ ਕੋਈ ਅਵਾਰਡ ਮਿਲ ਗਿਆ ਤੁਹਾਨੂੰ ਉਹਦੇ ਤਿੰਨ ਨਾਵਲ ਘਟੋ ਘਟ ਪੜ੍ਹ ਕੇ ਜਾਣੇ ਪੈਣੇ ਆ ਹੁਣ ਯਾਰ ਇਹ ਤਿੰਨ ਨਾਵਲ ਕੌਣ ਪੜ੍ਹੂਗਾ ਇਹ ਉਹ ਵੱਡੀ ਸਮੱਸਿਆ ਆ ਗਈ ਇਹ ਜਿਹੜੀ ਚੀਜ਼ ਆ ਨਾ ਇਹ ਉਦੋਂ ਹੀ ਆ ਜੇ ਤੁਸੀਂ ਲਿਟਰੇਚਰ ਦੀ ਜਿਹੜੀ ਬੀਟ ਨੂੰ ਹੱਥ ਪਾਉਣਾ ਵੀ ਤੁਹਾਨੂੰ ਲਿਟਰੇਚਰ ਤੇ ਇੰਟਰਸਟ ਹੋਣਾ ਚਾਹੀਦਾ ਹੋਰ ਇਹ ਇੱਕ ਚੀਜ਼ ਹੋਰ ਆ ਪੰਜਾਬੀ ਵਿੱਚ ਅੰਗਰੇਜ਼ੀ ਹਿੰਦੀ ਤੇ ਅਦਰ ਲੈਂਗੁਏਜ ਵਿੱਚ ਵੀ ਮੈਂ ਇਵਨ ਬੰਗਲਾ ਵਿੱਚ ਵੀ ਜੀ ਅਖਬਾਰਾਂ ਵਿੱਚ ਇੱਕ ਬਕਾਇਦਾ ਇੱਕ ਪੋਸਟ ਹੈ ਸਾਹਿਤ ਸੰਪਾਦਕ ਦੀ ਜੀ ਪੰਜਾਬੀ ਦੇ ਵਿੱਚ ਮੈਗਜ਼ੀਨ ਐਡੀਟਰ ਨੂੰ ਵੀ ਸਾਹਿਤ ਸੰਪਾਦਕ ਬਣਾ ਦਿੱਤਾ ਜਾਂਦਾ ਜਾਂ ਕਿ ਉਹ ਪੂਰਾ ਇਨਸਾਫ ਨਹੀਂ ਹੈਗਾ ਬਿਲਕੁਲ ਬਿਲਕੁਲ ਇਹ ਹੋਣਾ ਚਾਹੀਦਾ ਇੱਕ ਇੱਕ ਪੋਸਟੇ ਵੀ ਹੋਣੀ ਚਾਹੀਦੀ ਹੈ ਸਾਹਿਤ ਸੰਪਾਦਕ ਦੀ ਪਰ ਤੁਸੀਂ ਈ-ਬੁਕਸ ਦੀ ਗੱਲ ਕਰਦੇ ਬਸੇ ਜੋ ਮੇਰਾ ਇੱਕ ਆਪਣਾ ਨਜ਼ਰੀਆ ਹੈ ਜੀ ਉਹ ਇਹ ਕਹਿੰਦਾ ਹੈ ਕਿ ਇਹ ਕਿਤਾਬਾਂ ਜਿਹੜੀਆਂ ਨੇ ਉਹ ਪੜਨੀਆਂ ਕਾਫੀ ਹੱਦ ਤੱਕ ਸਹੀ ਹੈ ਪਰ ਜਿਹੜਾ ਹੱਕ ਹੈ ਨਾ ਉਹ ਦੇਣਾ ਚਾਹੀਦਾ ਸੰਪਾਦਕ ਨੂੰ ਵੀ ਤੇ ਲੇਖਕ ਨੂੰ ਵੀ ਔਰ ਕਿਤਾਬਾਂ ਖਰੀਦ ਕੇ ਪੜਨੀਆਂ ਚਾਹੀਦੀਆਂ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਜਿਹੜਾ ਨਾ ਇਹ ਮੇਲੇ ਜਿਹੜੇ ਲਾਇਆ ਜਾਂਦੇ ਜਿਵੇਂ ਗਦਰੀ ਬਾਬੇ ਦਾ ਮੇਲੇ ਦੀ ਗੱਲ ਕਰ ਲਈਏ ਜਾਂ ਹੁਣ ਤੁਸੀਂ ਫ੍ਰੀਡ ਕੋਟ ਵਾਲੇ ਫ੍ਰੀਡ ਕੋਟ ਵਾਲੇ ਮੇਲੇ ਦੀ ਗੱਲ ਕੀਤੀ ਹੈ ਪਰ ਕਿਤਾਬਾਂ ਦੇ ਵਿੱਚ ਜਿਹੜਾ ਪਿਆਰ ਆ ਉਹ ਹਰ ਇੱਕ ਪੰਜਾਬੀ ਦਾ ਹੋਣਾ ਚਾਹੀਦਾ ਹਰ ਹਾਲ ਦੀ ਤਕਰੀ ਪੰਜਾਬ ਦੇ ਵਿੱਚ ਨਾ ਈ-ਬੁੱਕ ਉਸ ਤਰ੍ਹਾਂ ਹਲੇ ਸਥਾਨ ਨਹੀਂ ਲਿਆ ਅੱਗੇ ਜਾ ਕੇ ਲਏਗੀ ਉਹ ਦੇਖਣਾ ਹੋਵੇਗਾ ਮੈਂ ਤੁਹਾਨੂੰ ਫਿਰ ਵੀ ਪੋਜ਼ਿਟਿਵ ਹੀ ਮੰਨਦਾ ਉਹਦੇ ਉਹਦੇ ਵਿੱਚ ਇਹ ਕਿ ਰਾਈਟਰ ਨੂੰ ਉਹਦਾ ਹੱਕ ਮਿਲਣਾ ਚਾਹੀਦਾ ਕਿਉਂਕਿ ਜੇ ਤੁਸੀਂ ਵਿਆਪਕ ਤੌਰ ਦੇ ਉੱਤੇ ਜਾਣਾ ਹੈਗਾ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਨਵੀਂ ਟੈਕਨੋਲੋਜੀ ਨੂੰ ਤੁਸੀਂ ਛੱਡ ਨਹੀਂ ਸਕਦੇ ਹੈਗੇ ਨਵੀਂ ਟੈਕਨੋਲੋਜੀ ਨੂੰ ਫੜਦੇ ਹੋਏ ਜਿਹੜਾ ਤੁਹਾਡਾ ਆਪਣਾ ਰੂਟ ਹੈ ਉਹ ਉਹਨੂੰ ਵੀ ਜਿਹੜਾ ਹੈਗਾ ਤੁਸੀਂ ਨਾਲ ਲੈ ਕੇ ਚੱਲਣਾ ਇੱਕ ਚੰਗੇ ਪੱਤਰਕਾਰ ਦੀਆਂ ਨਿਸ਼ਾਨੀਆਂ ਕਿਹਨੇ ਚੰਗਾ ਪੱਤਰਕਾਰ ਜਿਹੜਾ ਹੈਗਾ ਉਹ ਸਵਾਲ ਕਰਨਾ ਜਾਣਦਾ ਹੋਵੇ ਜੀ ਉਹ ਆਪਣੇ ਆਪ ਨੂੰ ਵੀ ਸੱਤਾ ਨੂੰ ਵੀ ਤੇ ਲੋਕਾਂ ਦੇ ਲੋਕਾਂ ਨਾਲ ਜੁੜਿਆ ਹੋਵੇ ਉਹਦੇ ਉਹਦੇ ਸਰਕਾਰ ਲੋਕਾਂ ਦੇ ਸਰਕਾਰ ਹੋਣੇ ਚਾਹੀਦੇ ਨੇ ਲੋਕ ਜਿੰਨਾ ਉਹ ਲੋਕਾਂ ਨਾਲ ਜੁੜਿਆ ਹੋਏਗਾ ਉਹੀ ਇੱਕ ਅੱਛਾ ਪੱਤਰਕਾਰ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਉਸ ਨੌਜਵਾਨ ਪੀੜੀ ਨੂੰ ਜਿਹੜੀ ਮੀਡੀਆ ਦੇ ਵਿੱਚ ਹੁਣ ਆਉਣਾ ਚਾਹੁੰਦੀ ਹੈ ਆਪਣਾ ਭਵਿੱਖ ਜੜਾ ਵਾ ਉਜਵਲ ਕਰਨਾ ਚਾਹੁੰਦੀ ਹੈ ਉਹਨਾਂ ਨੂੰ ਇਸ ਫੀਲਡ ਦੇ ਵਿੱਚ ਆਉਣ ਤੋਂ ਪਹਿਲਾਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਸੰਦੇਸ਼ ਦੇਣ ਦਾ ਯੋਗ ਨਹੀਂ ਹੋਇਆ ਕਿਉਂਕਿ ਉਹ ਸੰਤ ਮਹਾਤਮਾ ਦਿੰਦੇ ਹੁੰਦੇ ਨੇ ਐਸੇ ਮੈਂ ਇੱਕ ਕੱਲ ਆਖਾਂਗਾ ਜੋ ਮੈਂ ਬੜਾ ਵੱਡਾ ਸਿੱਖਿਆ ਜੀ ਮੈਂ ਹਲਪ ਹਰ ਭਜਨ ਹਲਵਾਰਵੀ ਦੇ ਸ਼ਬਦ ਹਰਾਵਾਗਾ ਜੋ ਉਹਨਾਂ ਨੇ ਕਈ ਸਾਲ ਪਹਿਲਾਂ ਕਦੇ ਕਹੇ ਸੀਗੇ ਹੁਣ ਤਾਂ ਸਾਡੇ ਚ ਨਹੀਂ ਰਹੇ ਕਿ ਪੱਤਰਕਾਰੀ ਸ਼ੌਕ ਨਹੀਂ ਜਨੂਨ ਹੈ ਜੀ ਤੇ ਇਹ ਇਹ ਇਹਨੂੰ ਜਿਹੜਾ ਪ੍ਰੋਫੈਸ਼ਨ ਨੂੰ ਜਨੂਨ ਦੇ ਤੌਰ ਤੇ ਅਡਾਪਟ ਕਰੋ ਜੀ ਸ਼ੌਕ ਦਾ ਹੋਰ ਬਥੇਰੇ ਹੋ ਸਕਦੇ ਨੇ ਕਬੂਤਰ ਪਾਲਣਾ ਵੀ ਬਿਲਕੁਲ ਬਿਲਕੁਲ ਸੋ ਵਾਕਏ ਜੀ ਕਹਿੰਦੇ ਨੇ ਕਿ ਕਿਸੇ ਵੀ ਚੀਜ਼ ਦੇ ਵਿੱਚ ਆਉਣਾ ਇੱਕ ਵੱਖਰੀ ਵਿਧਾ ਨੂੰ ਸਿੱਖਣਾ ਬਹੁਤ ਵੱਡੀ ਗੱਲ ਹੈ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਪੱਤਰਕਾਰਤਾ ਦੀ ਇਹਦਾ ਵੀ ਘੇਰਾ ਬਹੁਤ ਵਿਸ਼ਾਲ ਹੈ ਪਰ ਜਦੋਂ ਅਸੀਂ ਪੰਜਾਬੀ ਪੱਤਰਕਾਰਤਾ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਆਉਣਾ ਬਹੁਤ ਵੱਡੀਆਂ ਚੁਣੌਤੀਆਂ ਨੇ ਪਰ ਇੱਕ ਚੰਗਾ ਭਵਿੱਖ ਉਦੋਂ ਹੀ ਬਣ ਸਕਦਾ ਜਦੋਂ ਤੁਸੀਂ ਜਨੂੰਨ ਦੇ ਨਾਲ ਆਓ ਤੇ ਜਦੋਂ ਤੁਸੀਂ ਪੜ੍ਹ ਕੇ ਆਓ ਤੇ ਜਦੋਂ ਤੁਸੀਂ ਹਮੇਸ਼ਾ ਇਹ ਕਹੋ ਕਿ ਅਸੀਂ ਕੁਝ ਸਿੱਖਣਾ ਹੈ ਕਿਸੇ ਵੀ ਅਦਾਰੇ ਦੇ ਵਿੱਚ ਜਾਣ ਵੇਰੇ ਜਾਂ ਕਿਸੇ ਵੀ ਫੀਲਡ ਵਿੱਚ ਜਾਣ ਦੇ ਵਾਸਤੇ ਸਿੱਖਣ ਦੀ ਇੱਕ ਜਿਹੜੀ ਪ੍ਰਕਿਰਿਆ ਹੈ ਉਹ ਤੁਹਾਡੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਸੋ ਇੰਦਰ ਜੀ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਬਹੁਤ ਇੱਕ ਚੰਗੇ ਵਿਸ਼ੇ ਦੇ ਉੱਤੇ ਤੇ ਖੁੱਲ ਕੇ ਗੱਲਬਾਤ ਕੀਤੀ ਤੁਸੀਂ ਸਾਡੇ ਨਾਲ ਤੁਹਾਡਾ ਸਟੂਡੀਓ ਦੇ ਵਿੱਚ ਆਉਣ ਲਈ আর ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਵੀ ਸ਼ੁਕਰੀਆ ਜੀ ਧੰਨਵਾਦ